ਆਪਣੇ ਨਾਲ ਫੇਰ ਹਾਜ਼ਰ ਹੈ ਤੇ ਪੰਨੂ ਸਾਹਿਬ ਸਵਾਗਤ ਜੀ ਤੇ ਨਾਲ ਮਾਫੀ ਵੀ ਚਾਹੁੰਦੇ ਆ ਅੜਿੱਕਾ ਆ ਗਿਆ ਸੀ ਟੈਕਨੀਕਲੀ ਕੋਈ ਗੱਲ ਨੀ ਮਸ਼ੀਨ ਚੱਲਦੀ ਕਦੇ ਨੁਕਸ ਵੀ ਪੈਂਦੇ ਜੀ ਤੇ ਫੇਰ ਕਰੀਏ ਜੀ ਸ਼੍ਰੀ ਦੇਵੀ ਹੋਰਾਂ ਦੀ ਗੱਲ ਹਾਂ ਸ੍ਰੀ ਦੇਵੀ ਦੀ ਮੈਂ ਗੱਲ ਕਰਦਾ ਪਿਆ ਸੀ ਕਿ ਦੱਖਣ ਭਾਰਤ ਚੋਂ ਆਈ ਇਹ ਫਿਲਮ ਹੌਲੀ ਹੌਲੀ ਭਾਰਤ ਤੇ ਹਿੰਦੀ ਫਿਲਮ ਜਗਤ ਉੱਤੇ ਛਾ ਗਈ ਹੁਣ ਇਹ ਭਾਣਜੇ ਦੇ ਵਿਆਹ ਤੇ ਗਈ ਸੀ ਪਰ ਗਈ ਆ ਆਈ ਨੀ ਉੱਥੋਂ ਚੁੱਕ ਕੇ ਲਿਆਉਣ ਦੀ ਨੌਬਤ ਆ ਗਈ ਆ ਉੱਥੇ ਹਾਰਟ ਅਟੈਕ ਹੋਇਆ ਇਹਨੂੰ ਹਾਰਟ ਅਟੈਕ ਤੋਂ ਬਾਅਦ ਇਹ ਉਸ ਵਕਤ ਬਾਥਰੂਮ ਸੀ ਸ਼ਾਇਦ ਨਹਾ ਰਹੀ ਸੀ ਪਾਣੀ ਦੇ ਟੱਬ ਵਿੱਚ ਹੀ ਡੁੱਬ ਕੇ ਮੌਤ ਹੋ ਗਈ ਜਿਹੜੀ ਪੋਸਟਮਾਰਟਮ ਰਿਪੋਰਟ ਆ ਦੋ ਗੱਲਾਂ ਕਹਿੰਦੀ ਇੱਕ ਤਾਂ ਇਹ ਇਹਨੂੰ ਹਾਰਟ ਅਟੈਕ ਹੋਇਆ ਦੂਜਾ ਇਹ ਕਿ ਮੌਤ ਡੁੱਬਣ ਨਾਲ ਹੋਈ ਇਹਦਾ ਮਤਲਬ ਕਿ ਨਹਾਉਂਦਿਆਂ ਹਾਰਟ ਅਟੈਕ ਹੋਇਆ ਤੇ ਟੱਬ ਦੇ ਵਿੱਚ ਸੀ ਉੱਥੇ ਹੀ ਟੇਢੀ ਹੋ ਗਈ ਤੇ ਹਾਰਟ ਅਟੈਕ ਨਾਲ ਮੌਤ ਹੋਣ ਤੋਂ ਪਹਿਲਾਂ ਡੁੱਬਣ ਨਾਲ ਮੌਤ ਹੋ ਗਈ ਹੁਣ ਜੋ ਵੀ ਹੋਇਆ ਵੀ ਇਹਦੇ ਚ ਅਜੇ ਤੱਕ ਕਿਸੇ ਕਿਸਮ ਦੀ ਸਾਜਿਸ਼ ਦੀ ਕਿਸੇ ਕੋਨਸਪੀਰੇਸੀ ਦੀ ਬੋਕ ਕੋਈ ਨੀ ਆਈ ਓਦਾਂ ਉੱਥੋਂ ਦੇ ਜਿਹੜਾ ਮੀਡੀਆ ਉਹਨਾਂ ਨੇ ਦੁਬਈ ਦੇ ਪੁਲਿਸ ਅਧਿਕਾਰੀਆਂ ਦੇ ਹਵਾਲੇ ਨਾਲ ਇਹ ਖ਼ਬਰ ਬੜੀ ਉਚੇਚੀ ਦਿੱਤੀ ਹੈ ਕਿ ਸ੍ਰੀਦੇਵੀ ਉਸ ਵਕਤ ਸ਼ਰਾਬ ਦੇ ਨਸ਼ੇ ਚ ਸੀ ਤੇ ਸ਼ਰਾਬ ਇੱਥੇ ਸਾਡੇ ਕੋਲ ਚਰਚਾ ਦਾ ਵਿਸ਼ਾ ਜਿਹੜੀ ਹਾਈਜੀਨ ਟ੍ਰੀ ਉੱਪਰਲੀ ਉਹ ਆਪਣੀ ਲੋੜ ਮੁਤਾਬਕ ਕਿੰਨੀ ਕੋਈ ਪੀਂਦਾ ਕਿੰਨੀ ਨਹੀਂ ਇਹਦੇ ਨਾਲ ਕੋਈ ਬਹੁਤਾ ਜ਼ਿਆਦਾ ਫਰਕ ਨਹੀਂ ਪੈਂਦਾ ਵੱਡੀ ਗੱਲ ਇਹ ਹੈ ਕਿ ਉਹ ਬਹੁਤ ਵਧੀਆ ਅਭਿਨੇਤਰੀ ਜਿਹਦਾ ਨਾਂ ਕਦੇ ਕਿਸੇ ਸਕੈਂਡਲ ਨਾਲ ਬਹੁਤਾ ਨਹੀਂ ਸੀ ਜੁੜਿਆ ਸਾਫ਼ ਸੁਥਰੀ ਇਮੇਜ ਵਾਲੀ ਸੀਗੀ ਤੇ ਹੁਣ ਜਦੋਂ ਉਹ ਪੁਰਾਣਾ ਇਮੇਜ ਐਕਟਰਸ ਵਾਲਾ ਹੀਰੋਇਨ ਵਾਲਾ ਛੱਡ ਕੇ ਤੇ ਪਰਿਵਾਰ ਦੇ ਸੀਨੀਅਰ ਦੇ ਰੋਲ ਕਰਨ ਵਾਸਤੇ ਐਕਟਿੰਗ ਦੇ ਨਵੇਂ ਦੌਰ ਵਿਚ ਦਾਖਲ ਹੋ ਰਹੀ ਸੀ ਉਦੋਂ ਉਹ ਵਿਛੋੜਾ ਦੇ ਗਈ ਹੈ ਇਹਦਾ ਦੁੱਖ ਸਾਰੇ ਦੇਸ਼ ਦੇ ਲੋਕਾਂ ਨੇ ਬਹੁਤ ਮਨਾਇਆ ਫਿਲਮ ਜਗਤ ਨੇ ਵੀ ਖਾਸ ਕਰਕੇ ਉਹਦੀਆਂ ਦੋ ਧੀਆਂ ਮੁਟਿਆਰਾਂ ਨੇ ਉਹਨਾਂ ਨੂੰ ਤਾਂ ਮਾਂ ਚਾਹੀਦੀ ਸੀ ਮਾਂ ਗਾਈਡ ਦੇ ਤੌਰ ਤੇ ਵੀ ਫਿਲਮ ਲਾਈਨ ਚ ਉਹਨਾਂ ਨੂੰ ਚਾਹੀਦੀ ਸੀ ਤੇ ਪਰਿਵਾਰ ਦੀ ਮੁਖੀ ਦੇ ਤੌਰ ਤੇ ਵੀ ਉਹਨਾਂ ਨੇ ਵੀ ਦੁੱਖ ਮਨਾਇਆ ਹੋਵੇਗਾ ਸਾਰੇ ਭਾਰਤ ਵੱਲੋਂ ਇਸ ਦੁੱਖ ਚ ਅਸੀਂ ਵੀ ਦੁੱਖ ਮਹਿਸੂਸ ਕਰਦੇ ਜੀ ਮੋਦੀ ਸਾਹਿਬ ਦਾ ਜਿਹੜਾ ਇੱਕ ਹੋਰ ਸਾਥੀ ਸੀਗਾ ਜੀ ਨੀਰਵ ਮੋਦੀ ਕਿਹਾ ਜਾਂਦਾ ਕਿ ਨੋਟਬੰਦੀ ਜਦੋਂ ਹੋ ਗਈ ਤੇ ਉਦੋਂ ਕੁਛ ਘੰਟੇ ਪਹਿਲਾਂ ਹੀ ਕਹਿੰਦੇ ਕਰੋੜਾਂ ਰੁਪਏ ਉਹਨੇ ਹੋਰ ਜਮ੍ਹਾਂ ਕਰਾਏ ਸੀ ਇਹੀ ਤਾਂ ਗੱਲ ਹੈ ਕਿ ਉਹਨੂੰ ਕੁਛ ਘੰਟੇ ਪਹਿਲਾਂ ਕਿਉਂ ਪਹਿਲਾਂ ਲੱਗ ਗਿਆ ਕਿ ਨੋਟਬੰਦੀ ਹੋਣ ਵਾਲੀ ਹੈ ਮੋਦੀ ਸਾਹਿਬ ਤੇ ਉਸ ਦਿਨ ਸ਼ਾਮ ਨੂੰ ਅਚਾਨਕ ਟੀਵੀ ਦੇ ਉੱਤੇ ਪ੍ਰਗਟ ਹੋਏ ਸੀ ਤੇ ਉਹ ਟੀਵੀ ਦੇ ਉੱਤੇ ਬ੍ਰੇਕਿੰਗ ਨਿਊਜ਼ ਵਿਚ ਪ੍ਰਗਟ ਹੋਏ ਤੇ ਜੋ ਉਹਨਾਂ ਭਾਸ਼ਣ ਦਿੱਤਾ ਮੈਂ ਸੁਣਿਆ ਸੀ ਉਹਦੇ ਤੋਂ ਪਹਿਲਾਂ ਕਿਸੇ ਨੂੰ ਪਤਾ ਹੀ ਨਹੀਂ ਸੀ ਇਹਦੇ ਬਾਵਜੂਦ ਜਿੰਨੀ ਕੁ ਨੋਟਬੰਦੀ ਤੋਂ ਬਾਅਦ ਪੁਰਾਣੀ ਕਰੰਸੀ ਬਦਲਣ ਦੀ ਰਿਪੋਰਟ ਆਈ ਉਹ ਚ ਅੱਧੇ ਤੋਂ ਵੱਧ ਗੁਜਰਾਤ ਵਿਚੋਂ ਤੇ ਬੰਬੇ ਚੋਂ ਆਈ ਜਿਹੜੇ ਬੈਂਕ ਦੇ ਉੱਤੇ ਦੋਸ਼ ਲੱਗਾ ਕਿ 300 ਕਰੋੜ ਤੋਂ ਵੱਧ ਕੋਆਪਰੇਟਿਵ ਬੈਂਕ ਨੇ ਨੋਟ ਇਧਰੋਂ ਉਧਰ ਕਰ ਦਿੱਤੇ ਆ ਜੀ ਉਹ ਤੇ ਗੁਜਰਾਤ ਦਾ ਸੀ ਤੇ ਉਸ ਬੈਂਕ ਦਾ ਜ਼ਿਲ੍ਹਾ ਪੱਧਰ ਦਾ ਪ੍ਰਧਾਨ ਜਿਹੜਾ ਉਹ ਪਹਿਲਾਂ ਭਾਜਪਾ ਦਾ ਪਾਰਲੀਮੈਂਟ ਮੈਂਬਰ ਹੁੰਦਾ ਸੀ ਤੇ ਮੋਦੀ ਸਾਹਿਬ ਨੇ ਆ ਕੇ ਸਾਰੇ ਦੇਸ਼ ਦੇ ਕੋਆਪਰੇਟਿਵ ਬੈਂਕਾਂ ਦੀ ਸਾਂਝੀ ਐਸੋਸੀਏਸ਼ਨ ਜਿਹੜੀ ਆ ਉਹਦਾ ਚੇਅਰਮੈਨ ਯਾਨੀ ਸਾਰੇ ਦੇਸ਼ ਦੇ ਕੋਆਪਰੇਟਿਵ ਬੈਂਕਾਂ ਦਾ ਚੇਅਰਮੈਨ ਬਣਾ ਦਿੱਤਾ ਸੀ ਜਿਹੜਾ ਬੰਦਾ ਸਾਰੇ ਦੇਸ਼ ਦੇ ਕੋਆਪਰੇਟਿਵ ਬੈਂਕਾਂ ਦਾ ਚੇਅਰਮੈਨ ਸੀ ਜੀ ਉਹਦੇ ਆਪਣੇ ਬੈਂਕ ਦੇ ਵਿੱਚ 300-400 ਕਰੋੜ ਜਿਹੜਾ ਅੱਗੇ ਪਿੱਛੇ ਹੋ ਜਾਵੇ ਇਸ ਤਰ੍ਹਾਂ ਉਹ ਪੁਰਾਣੀ ਕਰੰਸੀ ਬਦਲਣ ਦਾ ਕੰਮ ਹੋ ਜੇ ਤੇ ਫਿਰ ਮੋਦੀ ਸਾਹਿਬ ਨੂੰ ਪਤਾ ਲੱਗਣਾ ਚਾਹੀਦਾ ਕੀ ਹੋਇਆ ਬਾਂਬੇ ਦੇ ਵਿੱਚ ਇੱਕ ਬੈਂਕ ਇਹੋ ਜਿਹਾ ਜਿਹਦੇ ਵਿੱਚ ਰੌਲਾ ਪੈ ਗਿਆ ਕਿ ਦੋ ਡਾਕਟਰ ਜਿਹੜੇ ਉਹ ਪਦਮ ਸ਼੍ਰੀ ਹੈ ਜੀ ਉਹਨਾਂ ਨੇ ਬਦਲ ਦਿੱਤੇ ਨੋਟ ਉਹ ਡਾਕਟਰਾਂ ਦਾ ਨਾਂ ਚਰਚਾ ਵਿੱਚ ਆ ਗਿਆ ਹਾਲਾਂਕਿ ਉਸ ਬੈਂਕ ਚ ਕਦੇ ਬੈਠਦੇ ਨੀ ਆਪੋ ਆਪਣੇ ਅਸਤਰਾਂ ਚ ਬੈਠਦੇ ਆ ਉਹਨਾਂ ਨੇ ਤੇ ਟੌਰ ਖਾਤਰ ਬੈਂਕ ਦੇ MD ਦੇ ਤੌਰ ਤੇ ਆਪਣਾ ਨਾਂ ਰਖਾਇਆ ਸੀ ਤੇ ਮਗਰੋਂ ਗੱਲ ਇਹ ਖੁੱਲੀ ਕਿ ਉਹ ਬੈਂਕ ਦਾ ਜਿਹੜਾ ਬੰਨ ਨੂੰ ਬੰਨਿਆ ਜਿਹੜਾ ਉਹਦਾ ਮੁੱਢ ਬੰਨਿਆ ਸੀ ਉਹ BJP ਦੇ ਲੀਡਰ ਗੋਪੀਨਾਥ ਮੁੰਡੇ ਨੇ ਬੰਨਿਆ ਸੀ ਨਰਿੰਦਰ ਮੋਦੀ ਦੀ ਸਰਕਾਰ ਬਣੀ ਤੇ ਗੋਪੀਨਾਥ ਮੁੰਡੇ ਕੈਬਨਿਟ ਮੰਤਰੀ ਸੀ ਥੋੜੇ ਦਿਨਾਂ ਬਾਅਦ ਰੋਡ ਐਕਸੀਡੈਂਟ ਵਿਚ ਉਹਦੀ ਮੌਤ ਹੋ ਗਈ ਹੁਣ ਉਹਦੀਆਂ ਕੁੜੀਆਂ ਚ ਇੱਕ ਮਹਾਰਾਸ਼ਟਰ ਦੇ ਵਿਚ ਮੰਤਰੀ ਹੈ ਤੇ ਦੂਸਰੀ ਕੁੜੀ ਪਾਰਲੀਮੈਂਟ ਦੀ ਮੈਂਬਰ ਹੈ ਤੇ ਮਾਂ ਉਹ ਬੈਂਕ ਚਲਾ ਰਹੀ ਹੈ ਤੇ ਬਹੁਤੀ ਗੜਬੜ ਤੇ ਉੱਥੇ ਹੋਈ ਨੀਰਵ ਮੋਦੀ ਵੀ ਇਸ ਤਰ੍ਹਾਂ ਮੈਂ ਨਿੱਜੀ ਤੌਰ ਤੇ ਸਮਝਦਾ ਕਿ ਨੀਰਵ ਮੋਦੀ ਨਰਿੰਦਰ ਮੋਦੀ ਆਪੋ ਚ ਕੋਈ ਰਿਸ਼ਤੇਦਾਰੀ ਨੀ ਕਾਰੋਬਾਰ ਦੀ ਸਾਂਝ ਨੀ ਪਰ ਜਦੋਂ ਆਹ ਗੱਲਾਂ ਸਾਹਮਣੇ ਆਉਂਦੀਆਂ ਕਿ ਨੋਟਬੰਦੀ ਹੋਣ ਤੋਂ ਐਨ ਪਹਿਲਾਂ ਉਹਨੇ ਆਪਣੇ ਨੋਟ ਵਟਾ ਲਏ ਤੇ ਉਹਨੂੰ ਕਿੱਦਾਂ ਪਤਾ ਲੱਗ ਗਿਆ ਕਿ ਨੋਟਬੰਦੀ ਹੋਣ ਵਾਲੀ ਹੈ ਤੇ ਉਹਨੇ ਆਪਣੇ ਵਟਾ ਲਏ ਇਹਦਾ ਮਤਲਬ ਇਹ ਹੈ ਕਿ ਕਿਤੇ ਨਾ ਕਿਤੇ ਤੇ ਕੁਝ ਗੱਲ ਨਿਕਲੀ ਹੈ ਬਾਹਰ ਨਹੀਂ ਤੇ ਇਸ ਤਰ੍ਹਾਂ ਹੋ ਨਹੀਂ ਸਕਦਾ ਹੁਣ ਸਾਡੇ ਪੰਜਾਬ ਦੇ ਵਿਚ ਵੀ ਕੱਲ ਫੇਰ ਕਰੋੜ ਤੋਂ ਵੱਧ ਨੋਟ ਫੜੇ ਗਏ ਮੋਹਾਲੀ ਚ ਪਤਾ ਲੱਗਾ ਜੀ ਨੋਟ ਬਦਲਾਉਣ ਲਿਆ ਰਹੇ ਸੀ ਇੱਕ ਮਹੀਨੇ ਚ ਤੀਜੀ ਵਾਰ ਰਿਕਵਰੀ ਹੋਈ ਹੈ ਜੀ ਏਡੀ ਵੱਡੀ ਰਿਕਵਰੀ ਹੁੰਦੀ ਹੈ
ਮੁੜ ਮੁੜ ਕੇ ਖਬਰ ਆਉਂਦੀ ਹੈ ਕਿ ਨੋਟ ਅਜੇ ਵੀ ਉਟਾਇਆ ਜਾ ਰਿਹਾ ਰਿਜ਼ਰਵ ਬੈਂਕ ਦੇ ਵਿਚੋਂ, ਤੇ ਫਿਰ ਰਿਜ਼ਰਵ ਬੈਂਕ ਦਾ ਸ਼ਿਕੰਜਾ ਕਿਹਨੇ ਕੱਸਣਾ? ਭਾਰਤ ਦਾ ਜਿਹੜਾ ਪ੍ਰਧਾਨ ਸੇਵਕ ਹੈ ਉਹ ਤੇ ਕਹਿੰਦਾ ਮੈਂ ਨਾ ਖਾਊਂਗਾ ਨਾ ਕਿਸੇ ਨੂੰ ਖਾਣ ਦਊਂਗਾ। ਪਰ ਹਾਲਤ ਇਹ ਹੈ ਕਿ ਰਿਜ਼ਰਵ ਬੈਂਕ ਦੇ ਨੋਟਾਂ ਦੀ ਗੱਡੀ ਇੱਥੋਂ ਪੰਜਾਬ ਵੱਲ ਨੂੰ ਗਈ ਤੇ ਬਾਂਬੇ ਨੂੰ ਜਾਣੀ ਸੀ, ਤੇ ਨਾਲ ਉਹਦੀ ਕੋਈ ਸਿਕਿਉਰਿਟੀ ਨੀ। ਅੱਧ ਵਿਚਾਲੇ ਜਾ ਕੇ ਦੋ ਇੰਜਣ ਲੱਗੇ ਆ ਗੱਡੀ ਨੂੰ, ਤੇ ਅੱਧ ਵਿਚਾਲੇ ਜਾ ਕੇ ਉਹ ਪਰੜੀ ਤੋਂ ਲੱਥ ਗਈ, ਤੇ ਸਾਰੀ ਰਾਤ ਪਰੜੀ ਉੱਤੇ ਖਲੋਤੀ ਰਹੀ ਹੈ। ਇਹ ਸਾਰੀਆਂ ਗੱਲਾਂ ਕਿਤੇ ਸਹਿਜ ਸੁਭਾਅ ਹੁੰਦੀਆਂ ਨੇ ਜੀ। ਇਹਨਾਂ ਦੇ ਪਿੱਛੇ ਕੁਝ ਨਾ ਕੁਝ ਕਾਰਨ ਹੁੰਦਾ ਜਿਹਦੇ ਤੋਂ ਲੋਕੀ ਦੋ ਤੇ ਦੋ ਚਾਰ ਵੀ ਕਰਦੇ ਆ, ਸਰਕਾਰ ਮੰਨੇ ਜਾਂ ਨਾ ਮੰਨੇ ਇਹਦੇ ਨਾਲ ਚਰਚੇ ਤੇ ਛਿੜਦੇ ਆ ਸਰਕਾਰ ਦੇ ਰੋਲ ਬਾਰੇ, ਸਰਕਾਰ ਦੇ ਮੁਖੀ ਦੇ ਬਾਰੇ ਵੀ ਲੋਕੀ ਕਈ ਗੱਲਾਂ ਕਰਨ ਲੱਗ ਪੈਂਦੇ ਆ। ਅਸੀਂ ਹਜ਼ਾਰ ਕਹੀਏ ਇੱਕ ਮੋਦੀ ਮੋਦੀ ਕਹਿਣ ਨਾਲ ਨੀਰਵ ਮੋਦੀ ਤੇ ਨਰਿੰਦਰ ਮੋਦੀ ਆਪੋ ਚ ਕੁਛ ਰਿਸ਼ਤੇਦਾਰ ਨਹੀਂ ਬਣ ਜਾਂਦੇ। ਜਿਹੜੀ ਆਮ ਜਨਤਾ ਜਿਹੜਾ ਆਵਾਜ਼ੇ ਖਲਕਤ ਨਗਾਰਾ ਖੁਦਾ ਕਹਿੰਦੇ ਸੀ ਵੀ ਆਮ ਲੋਕਾਂ ਦੀ ਜਿਹੜੀ ਆਵਾਜ਼ ਹੈ ਉਹ ਇੱਕ ਕਿਸਮ ਦਾ ਖੁਦਾ ਦਾ ਨਗਾਰਾ ਹੁੰਦਾ, ਐਵੇਂ ਨਹੀਂ ਵੱਜਦੀ, ਉਪਰੋਂ ਵਜਾਇ ਵੱਜਦੀ ਹੈ। ਜਿਹੜੀ ਲੋਕਾਂ ਚ ਇਸ ਤਰ੍ਹਾਂ ਦੀ ਆਵਾਜ਼ ਪ੍ਰਗਟ ਹੋ ਰਹੀ ਹੈ, ਇਹਦੀ ਚਿੰਤਾ ਕੁਝ ਨਾ ਕੁਝ ਤਾਂ ਪ੍ਰਧਾਨ ਮੰਤਰੀ ਨੂੰ ਕਦੇ ਨਾ ਕਦੇ ਤਾਂ ਕਰਨੀ ਪਊ। ਪੰਨੂ ਸਾਹਿਬ, ਉਦੋਂ ਬਾਅਦ ਪੰਜਾਬ ਦੀ ਜੇ ਗੱਲ ਕਰ ਲਈਏ, PNB ਬੈਂਕ ਦਾ ਘਟਾਲਾ ਹੋ ਗਿਆ ਤੇ ਹੁਣ OBC ਬੈਂਕ ਦੇ ਵਿਚ ਤਾਰ ਹੈ ਜਿਹੜੇ ਸਿੱਧੇ ਪੰਜਾਬ ਦੇ ਮੁੱਖ ਮੰਤਰੀ ਦੇ ਪਰਿਵਾਰ ਦੇ ਨਾਲ ਆ ਕੇ ਜੁੜ ਗਏ, ਉਹਨਾਂ ਦੇ ਜਮਾਈ ਦੇ ਉੱਤੇ ਮਾਮਲਾ ਵੀ ਦਰਜ ਹੋ ਗਿਆ ਤੇ ਗੰਭੀਰ ਦੋਸ਼ ਵੀ ਲੱਗ ਗਏ। ਮੈਂ ਇਸ ਖਬਰ ਨੂੰ ਕੱਲ ਦਾ ਬੜੀ ਵਾਰੀ ਵੱਖ ਵੱਖ ਐਂਗਲਾਂ ਤੋਂ ਵਿਚਾਰਿਆ ਜੀ। ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਜਿੰਨੇ ਦੋਸ਼ ਲੱਗੇ ਅਸੀਂ ਉਹਨਾਂ ਦੀ ਖੁੱਲ ਕੇ ਚਰਚਾ ਕਰਦੇ ਰਹੇ ਤੇ ਹੁਣ ਵੀ ਕਰਨ ਨੂੰ ਤਿਆਰ ਆ। ਉਹਦੇ ਚ ਤਾਂ ਲਿਹਾਜ਼ ਨਹੀਂ ਹੋਣਾ ਚਾਹੀਦਾ, ਰਾਜ ਦਾ ਮੁਖੀ ਜਾਂ ਕਿਸੇ ਕਿਸਮ ਦੀ ਕਮੀ ਕਮਜ਼ੋਰੀ ਉਹਦੇ ਠੋਕ ਕੇ ਨੁਕਤੇ ਚ ਨਹੀਂ ਹੋਣੀ ਚਾਹੀਦੀ ਜੀ। ਪਰ ਆਹ ਜਿਹੜਾ ਮੁੱਦਾ ਇਹਦੇ ਵਿਚ ਕੈਪਟਨ ਅਮਰਿੰਦਰ ਸਿੰਘ ਦਾ ਕੀ ਰੋਲ ਹੋਇਆ ਮੈਨੂੰ ਅਜੇ ਤੱਕ ਨਹੀਂ ਸਮਝ ਲੱਗਦੀ ਪਈ ਜੀ। ਇਹ ਕਹਿ ਦੇਣਾ ਕਿ ਕੈਪਟਨ ਅਮਰਿੰਦਰ ਸਿੰਘ ਦਾ ਜਵਾਈ ਆ ਜੀ, ਇਹ ਜਵਾਈ ਸਹੁਰੇ ਮਿਲ ਕੇ ਕਿੰਨਾ ਕੁ ਚੱਲਦੇ ਹੁੰਦੇ ਸਾਨੂੰ ਪਤਾ ਹੀ ਹੈ। ਜਿਹੜਾ ਤੇਲਗੂ ਦੇਸਮ ਪਾਰਟੀ ਦਾ ਮੋਢੀ ਸੀ NT ਰਾਮਾ ਰਾਓ, ਫਿਲਮਾਂ ਦਾ ਹੀਰੋ ਹੁੰਦਾ ਸੀ, ਉਹਨੇ ਆ ਕੇ ਕਾਂਗਰਸ ਦੀਆਂ ਧੜੱਲੇਦਾਰ ਸਰਕਾਰਾਂ ਪਲਟ ਦਿੱਤੀਆਂ, ਇੰਦਰਾ ਗਾਂਧੀ ਨਾਲ ਤੇ ਰਾਜੀਵ ਗਾਂਧੀ ਨਾਲ ਟੱਕਰ ਲਈ ਤੇ ਉਹਦੀ ਆਪਣੀ ਸਰਕਾਰ ਸਕੇ ਜਵਾਈ ਨੇ ਪਲਟ ਦਿੱਤੀ ਸੀ। ਉਹ ਜਵਾਈ ਚੰਦਰ ਬਾਬੂ ਨਾਇਡੂ ਇਸ ਵੇਲੇ ਵੀ ਆਂਧਰਾ ਪ੍ਰਦੇਸ਼ ਦਾ ਮੁੱਖ ਮੰਤਰੀ ਆ। ਜਵਾਈ ਹੁੰਦਾ ਉਹਦੇ ਨਾਲ ਕਿੰਨੀ ਕੁ ਸਾਂਝ ਹੋ ਸਕਦੀ ਹੈ? ਨੰਬਰ ਇੱਕ ਕੈਪਟਨ ਅਮਰਿੰਦਰ ਸਿੰਘ ਕਿਤੇ ਰਹਿੰਦਾ ਤੇ ਧੀ ਜਵਾਈ ਕਿਤੇ ਰਹਿੰਦੀ, ਆਪੋ ਚ ਇਕੱਠੇ ਤਾਂ ਰਹਿੰਦੇ ਨੀ, ਇਹਨੂੰ ਉਹਦੇ ਨਾਲ ਜੋੜਿਆ ਜਾ ਸਕਦਾ। ਦੂਜੀ ਗੱਲ ਜਿਹੜੀ ਆ ਮੈਨੂੰ ਇਹ ਨੀ ਸਮਝ ਲੱਗੀ ਕਿ ਪਹਿਲਾਂ ਤੇ ਨੀਰਵ ਮੋਦੀ ਦਾ ਘੁਟਾਲਾ ਆਇਆ ਜਿਹੜਾ ਕਹਿੰਦੇ ਸੀ 11,000 ਕਰੋੜ ਦਾ, ਮੁੜ ਕੇ 14,000 ਫਿਰ 18,000 ਕਰੋੜ, ਫਿਰ ਕਹਿੰਦੇ ਆ 26,000 ਕਰੋੜ ਦਾ। ਜੇ ਆਪਾਂ 18,000 ਕਰੋੜ ਵੀ ਮੰਨੀਏ ਤੇ ਸੁਖਨੈਬ ਜੀ 18,000 ਕਰੋੜ ਦਾ 1% ਕਿੰਨਾ ਬਣਦਾ ਭਲਾ? 118 ਕਰੋੜ ਜੀ, 118 ਕਰੋੜ, ਸਿਰਫ 1% 118 ਕਰੋੜ ਬਣਦਾ। ਤੇ ਜਿਹੜਾ ਕੈਪਟਨ ਅਮਰਿੰਦਰ ਸਿੰਘ ਦਾ ਜਵਾਈ ਦਾ ਨਾਂ ਲੱਗਾ ਉਹ ਕਿੰਨੇ ਕਰੋੜ ਆ? ਕੁੱਲ 97 ਕਰੋੜ ਜੀ। ਇਹਦਾ ਮਤਲਬ ਨੀਰਵ ਮੋਦੀ ਦੇ ਘੁਟਾਲੇ ਦਾ ਜਿਹੜਾ 1% ਆ ਉਹਦੇ ਵੀ ਅੱਧ ਚ ਰਹਿ ਜਾਂਦੇ ਆ ਜੀ। ਇਹ ਜਿਹੜਾ 0.5% ਹੈ ਇਹ ਅਸਲੀ ਮੁੱਦਾ ਕਿ 18,000 ਕਰੋੜ ਦਾ ਅਸਲੀ ਮੁੱਦਾ? ਇਸੇ ਦੌਰਾਨ ਰੋਟੋਮਾਕ ਦਾ ਘੌਂਟ ਘੁਟਾਲਾ ਆ ਗਿਆ 12,000 ਕਰੋੜ ਨੂੰ, ਉਹ ਪਹੁੰਚਦਾ ਪਿਆ। ਮੇਹਲ ਚੌਕਸੀ ਦਾ ਦੂਸਰੇ ਤੀਸਰੇ ਕਿੰਨੇ ਆਏ ਨੇ? ਐਸ ਇੱਕ ਹਫਤੇ ਦੇ ਅੰਦਰ ਅੰਦਰ 5-6 ਵੱਡੇ ਘੁਟਾਲੇ ਆ, ਕੋਈ 300 ਕਰੋੜ ਦਾ, ਕੋਈ 500 ਕਰੋੜ ਦਾ, ਕੋਈ 800 ਕਰੋੜ ਦਾ। ਉਹਨਾਂ ਘੁਟਾਲਿਆਂ ਤੋਂ ਧਿਆਨ ਹਟਾਉਣ ਵਾਸਤੇ ਸੰਭਾਲੀ ਸ਼ੂਗਰਸ ਦਾ ਮੁੱਦਾ ਕੱਢ ਲਿਆ, ਕਹਿੰਦੇ ਜੀ 97 ਕਰੋੜ ਦਾ। ਇਹ 97 ਕਰੋੜ ਦੀ ਪੂਰੀ ਜਾਂਚ ਹੋਣੀ ਚਾਹੀਦੀ ਹੈ ਤੇ ਜਿਹੜੇ ਦੋਸ਼ੀ ਆ ਉਹਨਾਂ ਦੇ ਖਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ। ਪਰ ਉਹ ਜਿਹੜੀ ਸੰਭਾਲੀ ਸ਼ੂਗਰ ਮਿੱਲ ਜਿਹਦੇ ਨਾਂ ਲੈ ਕੇ ਤੇ ਲਿਖ ਦਿੱਤਾ ਕਿ ਕੈਪਟਨ ਅਮਰਿੰਦਰ ਸਿੰਘ ਦਾ ਜਵਾਈ ਵੀ ਸ਼ਾਮਲ ਹੈ ਜੀ, ਅਮਰਿੰਦਰ ਸਿੰਘ ਉਹਦਾ ਜਵਾਬ ਠੋਕ ਕੇ ਦੇਣਾ ਚਾਹੀਦਾ। ਪਰ ਜਿਹੜੀਆਂ ਹਕੀਕਤਾਂ ਸਾਨੂੰ ਪੱਤਰਕਾਰਾਂ ਨੂੰ ਵੀ ਸਮਝਣੀਆਂ ਚਾਹੀਦੀਆਂ, ਮਿੱਲ ਕੌਣ ਚਲਾਉਂਦਾ? ਚੇਅਰਮੈਨ MD ਜੀ, ਤੇ ਉੱਥੇ CEO 3 ਚਲਾਉਂਦੇ ਆ, ਚੌਥਾ ਬੰਦਾ ਜਿਹੜੇ ਡਾਇਰੈਕਟਰ ਨੇ, ਕਿਸੇ ਮਿੱਲ ਦੇ ਵਿੱਚ 20 ਡਾਇਰੈਕਟਰ ਹੋਣ ਤੇ ਸਾਰੇ ਬਰਾਬਰ ਮਿੱਲ ਦੇ ਵਿੱਚ ਕੰਮ ਥੋੜਾ ਕਰਦੇ ਹੁੰਦੇ ਆ। ਉੱਥੇ ਮਿੱਲ ਦਾ ਚੇਅਰਮੈਨ ਕੋਈ ਆ, MD ਉੱਥੇ ਇੱਕ ਕੁੜੀ ਆ ਜਿਹੜੀ ਵਿਦੇਸ਼ਾਂ ਚੋਂ ਸਿੱਖ ਕੇ ਆਈ ਆ ਜੀ, ਦੂਸਰੇ 3-4 ਬੰਦੇ ਜਿਹੜੀ ਟੀਮ ਚਲਾਉਣ ਵਾਲੀ ਹੋਰ ਆ। ਉਹਨਾਂ ਤੋਂ ਬਾਅਦ ਜਿਹੜਾ ਬੋਰਡ ਆਫ ਡਾਇਰੈਕਟਰ ਆ ਉਹਨਾਂ ਡਾਇਰੈਕਟਰਾਂ ਦੇ ਵਿੱਚ ਇੱਕ ਡਾਇਰੈਕਟਰ ਦਾ ਨਾਂ ਗੁਰਪਾਲ ਸਿੰਘ ਹੈ ਜਿਹੜਾ ਕੈਪਟਨ ਅਮਰਿੰਦਰ ਸਿੰਘ ਦਾ ਜਵਾਈ ਆ ਜੀ। ਔਰ ਉਹਦੇ ਸ਼ੇਅਰ ਕਿੰਨੇ ਆ? ਉਹਦੇ ਕੋਲ ਕੁੱਲ ਸ਼ੇਅਰ ਜਿਹੜੇ ਆ 6.47% ਹੈ ਜੀ, ਬਹੁਤ ਥੋੜੇ। ਇਹਦਾ ਮਤਲਬ ਕਿ 6.47% ਵਾਲਾ ਜਿਹੜਾ
ਉਹ ਮਿਲ ਨੂੰ ਥੋੜਾ ਕੰਟਰੋਲ ਕਰਦਾ, ਮਿਲ ਨੂੰ ਕੰਟਰੋਲ ਕਰਨ ਵਾਲਾ ਤੇ ਹੋਰ ਹੋਣਗੇ, ਉਹਦੇ ਚ 50% ਵਾਲੇ ਵੀ ਆ, 20% ਵਾਲੇ ਵੀ ਆ, ਉਹਨਾਂ ਸਾਰਿਆਂ ਨੂੰ ਛੱਡ ਕੇ ਤੇ 6.47% ਵਾਲਾ ਇਸ ਕਰਕੇ ਚੁੱਕ ਲਓ ਕਿ ਉਹ ਮੁੱਖ ਮੰਤਰੀ ਦਾ ਜਵਾਈ ਆ। ਇਹ ਗੱਲ ਅਸਲ ਚ ਬਣਨੀ ਨੀ ਕੋਈ ਵੀ, ਇਹ ਮੁੱਦਾ ਚੁੱਕਣ ਦੀ ਖਾਤਰ ਚੁੱਕਿਆ ਵੀ ਜਾਵੇ ਤੇ ਇਹਦੇ ਵਿਚ ਕੈਪਟਨ ਅਮਰਿੰਦਰ ਸਿੰਘ ਨੂੰ ਕੋਈ ਕਿਸ ਤਰ੍ਹਾਂ ਲਪੇਟੇਗਾ ਕਿ ਤੂੰ ਇਹ ਚ ਸ਼ਾਮਲ ਹੈ ਜੀ। ਕਿਸੇ ਦਾ ਪੁੱਤ ਧੀ ਧੀ ਜਵਾਈ ਕੌਣ, ਆਪਣੇ ਪੰਜਾਬੀ ਚ ਇੱਕ ਮੁਹਾਵਰਾ, ਨਾ ਪੁੱਤ ਦੀ ਨਾ ਧੀ ਦੀ ਸ਼ਾਦੀ, ਜੋ ਸਿਰਫ ਆਪਣੇ ਜੀ ਦੀ, ਹੁਣ ਸਿਰਫ ਆਪਣੇ ਜੀ ਦੀ ਹੁੰਦੀ ਆ, ਪੁੱਤ ਧੀਆਂ ਕੌਣ ਕਿਉਂ ਜਾਣਦਾ। ਇੱਥੇ ਤਾਂ ਪਿਓ ਪੁੱਤ ਵੀ ਆਮੋ ਸਾਹਮਣੇ ਚੋਣਾਂ ਲੜਦੇ ਪਏ ਆ, ਚਟਾਲੇ ਦੇ ਦੋਵੇਂ ਮੁੰਡੇ ਜਿਹੜੇ ਨਾ, ਚਟਾਲਾ ਤੇ ਚਟਾਲੇ ਦਾ ਭਰਾ, ਦੋਵੇਂ ਜਣੇ ਆਮੋ ਸਾਹਮਣੇ ਵੀ ਲੜ ਚੁੱਕੇ ਆ। ਪ੍ਰਕਾਸ਼ ਸਿੰਘ ਬਾਦਲ 5 ਵਾਰੀਆਂ ਦਾ ਮੁੱਖ ਮੰਤਰੀ ਆ, ਸਗਾ ਭਰਾ ਦੇ ਸਾਹਮਣੇ ਚੋਣਾਂ ਚ ਲੜ ਚੁੱਕਾ ਜੀ। ਕਿੰਨੀ ਵਾਰ ਅਸੀਂ ਵੇਖਿਆ ਤਮਾਸ਼ੇ ਕਿੰਨੇ ਕੋ ਚੁੱਕੇ ਨੇ, ਤੇ ਉਹਦੇ ਚ ਉਹ ਜਵਾਈ ਵਾਲਾ ਮੁੱਦਾ ਕੋ ਬਹੁਤਾ ਨੀ ਬਣਨਾ। ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ਼ ਹੋਰ ਮੁੱਦੇ ਬਥੇਰੇ ਆ, ਜਿਹੜੇ ਬਣਦੇ ਉਹਨਾਂ ਮੁੱਦਿਆਂ ਤੇ ਗੱਲ ਕਰ ਲਈ ਜਾਵੇ ਤੇ ਬਿਹਤਰ ਹੈ, ਇਹ ਕੋਈ ਮੁੱਦਾ ਬਹੁਤਾ ਨੀ ਬਣਨ ਵਾਲਾ ਜਾਪਦਾ ਮੈਨੂੰ ਜੀ। ਤੇ ਲੁਧਿਆਣਾ ਦੀਆਂ ਚੋਣਾਂ ਨੂੰ ਕਿਵੇਂ ਦੇਖ ਰਹੇ ਹੋ ਪੰਨੂ ਸਾਹਿਬ? ਇਹਨਾਂ ਬਾਰੇ ਤਾਂ ਮੇਰੀ ਪਹਿਲਾਂ ਤੋਂ ਸਾਫ਼ ਹੈ ਕਿ ਜਿਹੜੀਆਂ ਹੈਗੀਆਂ ਨਗਰ ਨਿਗਮਾਂ, ਨਗਰ ਕੌਂਸਲਾਂ ਤੇ ਪੰਚਾਇਤਾਂ ਦੀਆਂ ਚੋਣਾਂ ਕਰਾਉਣੀਆਂ ਨੀ ਚਾਹੀਦੀਆਂ, ਇਹ ਬੇਲੋੜੀ ਦੁਸ਼ਮਣੀ ਪਾਉਂਦੀਆਂ ਨੇ। ਜਦੋਂ ਪਤਾ ਹੀ ਹੈ ਕਿ ਇਹਨਾਂ ਚੋਣਾਂ ਚ ਰਾਜ ਕਰਦੀ ਪਾਰਟੀ ਨੇ ਜਿੱਤਣਾ, ਬਹੁਤੇ ਥਾਵਾਂ ਤੇ ਲੋਕੀ ਇਹ ਸੋਚਣ ਲੱਗ ਪੈਂਦੇ ਆ ਕਿ ਜੇ ਰਾਜ ਕਾਂਗਰਸ ਦਾ ਤੇ ਇੱਥੇ ਅਕਾਲੀ ਜਾਂ ਭਾਜਪਾ ਦਾ ਕੌਂਸਲਰ ਜਾਂ ਆਮ ਆਦਮੀ ਪਾਰਟੀ ਦਾ ਜਿਤਾ ਦਿੱਤਾ ਤੇ ਸਾਡੇ ਮਹੱਲੇ ਵਾਸਤੇ ਫੰਡ ਨੀ ਮਿਲਣੇ, ਇਸ ਕਰਕੇ ਰਾਜ ਕਰਦੀ ਪਾਰਟੀ ਦਾ ਜਿਤਾਓ। ਜਦੋਂ ਅਕਾਲੀ ਭਾਜਪਾ ਸਰਕਾਰ ਸੀ ਉਦੋਂ ਸਾਰੀਆਂ ਨਗਰ ਨਿਗਮਾਂ ਤੇ ਸਾਰੀਆਂ ਕੌਂਸਲਾਂ ਤੇ ਉਹਨਾਂ ਦੇ ਬੰਦੇ ਵੀ ਪ੍ਰਧਾਨ ਬਣੇ ਸੀ। ਜੇ ਪਤਾ ਹੀ ਹੈ ਕਿ ਅੰਤ ਨੂੰ ਇਹੋ ਹੋਣਾ, ਜਿੱਥੇ 2-4 ਥਾਵਾਂ ਤੇ ਵਿਰੋਧੀ ਧਿਰ ਵਾਲੇ ਖਲੋਤੇ ਵੀ ਉਹਨਾਂ ਦਾ ਕੁੱਟ ਕਟਾਪਾ ਹੋ ਜਾਣਾ ਤੇ ਕੁੱਟ ਕੇ ਬਾਹਰ ਕੱਢ ਦੇਣੇ ਜਾਂ ਉਹਨਾਂ ਨੇ ਆਪ ਬਾਈਕਾਟ ਕਰ ਦੇਣਾ ਤੇ ਫਿਰ ਪੈਸਾ ਕਿਉਂ ਫੂਕਦੇ? ਇਹਦੇ ਨਾਲ ਚੰਗੀ ਗੱਲ ਇਹ ਹੈ ਕਿ ਫੈਸਲਾ ਕਰ ਦੇਣ ਕਿ ਇਹਨਾਂ ਕਾਰਪੋਰੇਸ਼ਨਾਂ ਦੀਆਂ ਚੋਣਾਂ ਨਹੀਂ ਕਰਾਈਆਂ ਜਾਣਗੀਆਂ, ਨਾਮੀਨੇਸ਼ਨਾਂ ਹੋਣਗੀਆਂ, ਜ਼ਿਲ੍ਹਾ ਪੱਧਰ ਦੇ ਉੱਤੇ ਜ਼ਿਲ੍ਹਾ ਸ਼ਿਕਾਇਤ ਕਮੇਟੀਆਂ ਬਣਦੀਆਂ ਜਿਹਨੂੰ ਗ੍ਰੀਵੈਂਸਿਸ ਕਮੇਟੀਆਂ ਕਹਿ ਦਿੰਦੇ। ਉਹਨਾਂ ਗ੍ਰੀਵੈਂਸਿਸ ਕਮੇਟੀ ਦੇ ਵਿੱਚ ਜਿਹੜੀ ਵੀ ਰਾਜ ਕਰਦੀ ਪਾਰਟੀ ਹੁੰਦੀ ਆ, ਜੇ 21-15 ਦੇ ਬੰਦਿਆਂ ਦੀ ਗ੍ਰੀਵੈਂਸਿਸ ਕਮੇਟੀ ਹੋਵੇ ਤੇ 14 ਆਪਣੇ ਪਾ ਲੈਂਦੇ ਆ, ਬਾਕੀ ਜਿਹੜੇ 4-5 ਨੇ ਉਹ ਬਾਕੀ ਸਿਆਸੀ ਪਾਰਟੀਆਂ ਦੇ ਕੇ 2-2 ਪਾ ਲੈਂਦੇ ਆ ਤੇ 2-4 ਵਿੱਚ ਚੇਲੇ ਚਮਚੇ ਪਾ ਪੁ ਕੇ ਤੇ ਕਮੇਟੀ ਬਣਾ ਦਿੰਦੇ। ਏਦਾਂ ਹੀ ਸ਼ਹਿਰਾਂ ਦੀਆਂ ਕਮੇਟੀਆਂ ਬਣਾ ਲਿਆ ਕਰਨ ਕਿ ਚੋਣਾਂ ਕਰਵਾ ਕੇ ਲੋਕਾਂ ਨੂੰ ਬੇਵਕੂਫ ਬਣਾਇਆ ਜਾਂਦਾ, ਨਹੀਂ ਹੋਣੀਆਂ ਚਾਹੀਦੀਆਂ। ਪਤਾ ਹੀ ਆ ਨਤੀਜਾ ਤਾਂ ਪਹਿਲਾਂ ਪਤਾ ਹੁੰਦਾ ਵੀ ਕੀ ਨਿਕਲਦਾ, ਔਰ ਜੇ ਕਿਤੇ ਮਾੜਾ ਮੋਟਾ ਇੱਕ ਅੱਧਾ ਬੰਦਾ ਦੂਸਰੀ ਧਿਰ ਦਾ ਜਿੱਤ ਵੀ ਜਾਵੇ, ਇਹ ਕਹਿੰਦੇ ਵੇਖੋ ਜੀ ਅਸੀਂ ਡੈਮੋਕ੍ਰੇਟ ਰਾਈਟ ਦਾ ਤਾਂ ਜਿੱਤ ਗਿਆ, ਤੇ ਜੇ ਉਹਨਾਂ ਜਿੱਤ ਵੀ ਜਾਂਦਾ ਤੇ ਉਹਨਾਂ ਦੀ ਸਿਦਕ ਨੀ ਕਰਦੇ, ਉਹ ਕਹਿੰਦੇ ਜੀ ਧੱਕੇਸ਼ਾਹੀ ਹੋਈ। ਧੱਕੇਸ਼ਾਹੀ ਹੋਈ ਆ ਤੇ ਤੁਹਾਨੂੰ ਪਹਿਲਾਂ ਹੀ ਪਤਾ ਸੀ, ਪਹਿਲਾਂ ਵਾਕਆਊਟ ਕਰ ਦਿਓ, ਕਹੋ ਜੀ ਅਸੀਂ ਨੀ ਲੜਦੇ, ਪਾਸੇ ਹਟ ਜਾਓ, ਕਹੋ ਜੀ ਬਣਾ ਲਓ ਜੋ ਬਣਾਉਣਾ, 5 ਸਾਲ ਤੁਸੀਂ ਕਰੋ, 5 ਸਾਲਾਂ ਬਾਅਦ ਵੇਖਾਂਗੇ, ਤੇ ਮੁੜ ਕੇ ਉਦੋਂ ਵੇਖ ਲਿਓ ਜੋ ਵੇਖਣਾ। ਇਹ ਡਰਾਮਾ ਜਿਹਾ ਕਰਕੇ ਤੇ ਲੋਕਾਂ ਨੂੰ ਇਹ ਚ ਉਲਝਾ ਕੇ ਕਈ ਵਾਰੀ ਲੀਡਰ ਪਾਸੇ ਰਹਿ ਜਾਂਦੇ ਆ ਤੇ ਆਮ ਲੋਕਾਂ ਦੇ ਹੱਡ ਦੱਤੇ ਹੋ ਜਾਂਦੇ ਆ, ਉਹਦਾ ਕੋਈ ਫਾਇਦਾ ਨੀ। ਜੋ ਕੁਝ ਕੱਲ ਲੁਧਿਆਣੇ ਚ ਹੋਇਆ ਉਹ ਵੀ ਇਹ ਆ, ਬਹੁਤਾ ਕਰਕੇ ਅਮਨ ਮਾਨ ਰਿਹਾ ਕਿਉਂਕਿ ਵਿਰੋਧੀ ਧਿਰ ਵਾਲਿਆਂ ਨੂੰ ਪਤਾ ਸੀ ਜੇ ਤੁਸੀਂ ਗੈਦ ਕੁੱਟ ਪੈਣੀ ਹੈ। ਲੋਕਾਂ ਨੇ ਵੀ ਵੋਟਾਂ ਇਸ ਕਰਕੇ ਪਾਈਆਂ ਨੇ ਕਿ ਰਾਜਕਰਦੀ ਪਾਰਟੀ ਦਾ ਬਹੁਤ ਚਾਰ ਫੰਡ ਆ ਜਾਣਗੇ, ਪਰ ਜਿੱਥੇ 2-4 ਥਾਵਾਂ ਤੇ ਅਕਾਲੀ ਭਾਜਪਾ ਵਾਲੇ ਜਾਂ ਦੂਸਰਾ ਕੋਈ ਆਕੜਨ ਲੱਗਾ ਉੱਥੇ ਫਿਰ ਰਾਜਕਰਦੀ ਪਾਰਟੀ ਵਾਲਿਆਂ ਨੇ ਆਪਣੇ ਡੰਗ ਵਿਖਾ ਦਿੱਤਾ। ਇਹ ਬਹੁਤਾ ਚੰਗਾ ਰੁਝਾਨ ਨੀ ਗਾ, ਬਹੁਤ ਮਾੜਾ ਰੁਝਾਨ ਹੈ ਜੀ। ਤੇ ਪੰਨੂ ਸਾਹਿਬ ਦਿੱਲੀ ਦੀ ਗੱਲ ਕਰੀਏ ਜੀ, ਮੁੱਖ ਸਕੱਤਰ ਦੀ ਕੁੱਟਮਾਰ ਦਾ ਮਾਮਲਾ ਅਦਾਲਤ ਤੱਕ ਪਹੁੰਚ ਗਿਆ ਜੀ ਹੁਣ ਤਾਂ। ਮੈਂ ਅਰਵਿੰਦ ਕੇਜਰੀਵਾਲ ਨੂੰ ਪਹਿਲਾਂ ਤੋਂ ਵੀ ਸਿਰਫ ਉਤਸ਼ਾਹੀ ਨੌਜਵਾਨ ਮੰਨਦਾ, ਪਰ ਬਹੁਤਾ ਸਿਆਣਾ ਨੌਜਵਾਨ ਨਹੀਂ ਮੰਨਦਾ ਜੀ। ਜਿਹਦੇ ਪੱਲੇ ਕੋਈ ਸਿਆਣਪ ਹੋਵੇ, ਇਹਨੂੰ ਚਾਹੀਦਾ ਸੀ ਕਿ ਜਦੋਂ ਰਾਜ ਮਿਲਿਆ ਉਸ ਰਾਜ ਦੇ ਨਾਲ ਕੁਝ ਨਾ ਕੁਝ ਕੰਮ ਕਰਕੇ ਲੋਕਾਂ ਨੂੰ ਵਿਖਾਵੇ ਕਿ ਰਾਜ ਏਦਾਂ ਦਾ ਹੁੰਦਾ, ਜੇ ਸਾਡੇ ਹੱਥ ਆਵੇ ਤੇ ਅਸੀਂ ਏਦਾਂ ਰਾਜ ਕਰਾਂਗੇ, ਤੇ ਫਿਰ ਦੂਜੇ ਸੂਬੇ ਵੱਲ ਜਾਂਦਾ। ਪਹਿਲਾਂ ਤਾਂ ਇਹ ਰਾਜ ਮਿਲਦਿਆਂ ਸਾਰੀ ਦਿੱਲੀ ਦਾ ਪੈਸਾ ਵੀ ਦੂਸਰੇ ਰਾਜਾਂ ਚ ਜਾ ਕੇ ਫੂਕਣ ਲੱਗ ਪਿਆ। ਵੱਡੀ ਵੱਡੀ ਇਸ਼ਤਿਹਾਰਬਾਜ਼ੀ, ਇਹਨੂੰ ਲੱਗਦਾ ਸੀ ਗੁਜਰਾਤ ਵੀ ਮੈਂ ਜਿੱਤ ਜਾਣਾ, ਮੈਂ ਗੋਆ ਵੀ ਜਿੱਤ ਜਾਣਾ, ਤੇ ਨਤੀਜਾ ਨਿਕਲਿਆ ਤੇ ਗੋਲ ਅੱਡਾ ਉੱਥੇ ਕੋਈ ਇਹਦੇ ਪੱਲੇ ਨਹੀਂ ਪਿਆ। ਦੂਸਰਾ ਇਹ ਕਿ ਆਪਣੇ ਰਾਜ ਦੇ ਵਿੱਚ ਵੀ ਦਿੱਲੀ ਦੇ ਵਿੱਚ ਇਹਨੇ ਨਾ ਪ੍ਰਸ਼ਾਸਨ ਨਾਲ ਬਣਾ ਕੇ ਰੱਖੀ, ਨਾ ਇੱਕ ਵੀ ਪਾਰਟੀ ਨਾਲ ਬਣਾ ਕੇ ਰੱਖੀ। ਇੱਕ ਵਾਰ ਪੁਲਿਸ ਵਾਲਿਆਂ ਦੇ ਸਮਾਗਮ ਚ ਇਹਨੂੰ ਸੱਦ ਲਿਆ ਗਿਆ ਤੇ ਇਹਨੇ ਉੱਥੇ ਜਾ ਕੇ ਭਾਸ਼ਣ ਦਿੰਦਿਆਂ ਪੁਲਿਸ ਵਾਲਿਆਂ ਦੇ ਸਾਹਮਣੇ ਭਾਸ਼ਣ ਦਿੰਦਾ ਪਿਆ ਤੇ ਸਿੱਧਾ ਹੀ ਇਹ ਕਹੀ ਗਿਆ ਕਿ ਜਿਹੜੀ ਪੁਲਿਸ ਹੈ ਦਿੱਲੀ ਦੀ ਇਹ ਕੇਂਦਰ ਸਰਕਾਰ ਦੇ ਹੁਕਮਾਂ ਤੇ ਚੱਲਦੀ ਹੈ, ਮੈਂ ਤਾਂ ਤੁਹਾਨੂੰ ਆਹ ਕਰ ਦੂ, ਮੈਂ
ਉੱਥੇ ਭਾਸ਼ਣ ਦੇਣ ਗਿਆ, ਜਿਹੜਾ ਵਿਸ਼ਾ ਉਹ ਹੋਰ ਸੀ ਤੇ ਸਾਰਾ ਕੁਝ ਉਹਨਾਂ ਨੇ ਗਾਲਾਂ ਕੱਢ ਕੇ ਮੋੜਿਆ। ਜੇ ਕੇਂਦਰ ਸਰਕਾਰ ਨਾਲ ਸੰਬੰਧ ਨੇ ਤੇ ਸਮਝ ਆ ਕਿ ਮੈਂ ਦੇਸ਼ ਦਾ ਲੀਡਰ ਤਾਂ ਬਣ ਜੂ ਜੇ ਮੈਂ ਸਵੇਰੇ ਉੱਠਦੇ ਸਾਰ ਹੀ ਚਾਹ ਦਾ ਕੱਪ ਪੀਣ ਤੋਂ ਪਹਿਲਾਂ ਪੰਜ ਸੱਤ ਬੁਰੇ ਭੱਲੇ ਬਿਆਨ ਮੋਦੀ ਦੇ ਖਿਲਾਫ਼ ਦੇ ਦੂ। ਜੋ ਕੁਝ ਇਹ ਕਰਦਾ ਇਹਦੇ ਐਮ ਐਲ ਏ ਵੀ ਉਹ ਸਿੱਖ ਗਿਆ। ਇਹਦੇ ਸਰਕਾਰੀ ਕੋਠੀ ਦੇ ਵਿੱਚ ਮੀਟਿੰਗ ਹੁੰਦੀ ਪਈ ਸੀ, ਉਸ ਮੀਟਿੰਗ ਦੇ ਵਿੱਚ ਚੀਫ ਸੈਕਟਰੀ ਵੀ ਆਇਆ, ਕੁਝ ਹੋਰ ਅਫਸਰ ਵੀ ਆਏ ਸੀ। ਮਸਲਾ ਆ ਗਿਆ ਸੀ ਇੱਕ ਐਡ ਤੋਂ ਜਿਹੜੀ ਅਖਬਾਰਾਂ ਨੂੰ ਦੇਣੀ ਸੀ, ਉਹਨੇ ਚੀਫ ਸੈਕਟਰੀ ਨੇ ਆਖਿਆ ਜੀ ਐਡ ਅੱਗੇ ਵੀ ਤੁਹਾਡੀ ਹਾਈ ਕੋਰਟ ਜਾ ਕੇ ਬੜੀ ਨੁਕਤਾਚੀਨੀ ਹੋਈ ਆ ਕਿ ਤੁਸੀਂ ਸਿਆਸੀ ਲੋੜਾਂ ਵਾਸਤੇ ਐਡ ਦਿੰਦੇ ਆ ਤੇ ਫੰਡ ਖਰਚ ਕਰਦੇ ਆ ਤੇ ਮੈਂ ਆਹ ਐਡ ਤੁਹਾਨੂੰ ਨਹੀਂ ਦੇਣ ਦੇਣੀ, ਇਹ ਤੁਹਾਡੀ ਪਾਰਟੀ ਦੀ ਐਡ ਆ, ਇਹ ਸਰਕਾਰ ਦੀ ਨਹੀਂ। ਹੁਣ ਇਹੋ ਮਸਲਾ ਪੰਜਾਬ ਚ ਹੁੰਦਾ ਤੇ ਚੀਫ ਸੈਕਟਰੀ ਅੜ ਨਹੀਂ ਸਕਦਾ, ਜੇ ਅੜਦਾ ਤੇ ਅਗਲੇ ਦਿਨ ਚੀਫ ਸੈਕਟਰੀ ਨਹੀਂ ਰਿਹਾ ਸਕਦਾ। ਤੇ ਦਿੱਲੀ ਸਰਕਾਰ ਦਾ ਜਿਹੜਾ ਚੀਫ ਸੈਕਟਰੀ ਆ ਉਹ ਇਸ ਕਰਕੇ ਅੜ ਜਾਂਦਾ ਕਿਉਂਕਿ ਉਹਨੂੰ ਪਤਾ ਕਿ ਉਹਨੂੰ ਹਿਲਾ ਨਹੀਂ ਸਕਦਾ ਮੁੱਖ ਮੰਤਰੀ, ਦਿੱਲੀ ਯੂਨੀਅਨ ਟੈਰੀਟਰੀ ਆ ਤੇ ਯੂਨੀਅਨ ਟੈਰੀਟਰੀ ਦਾ ਜਿਹੜਾ ਕੋਈ ਵੀ ਅਫਸਰ ਆ ਉਹ ਸਾਰੇ ਮੁੱਖ ਮੰਤਰੀ ਦੇ ਅੰਡਰ ਨਹੀਂ ਹੁੰਦੇ, ਲੈਫਟੀਨੈਂਟ ਗਵਰਨਰ ਦੇ ਅੰਡਰ ਹੁੰਦੇ। ਉਹ ਅੜ ਗਿਆ, ਉਹਨੇ ਆਖਿਆ ਜੀ ਮੈਂ ਨਹੀਂ ਕਰਨ ਦਿੰਦਾ। ਇਹਨੇ ਆਖਿਆ ਤੂੰ ਕਿਉਂ ਨਹੀਂ ਕਰਨ ਦਿੰਦਾ? ਉਹ ਕਹਿੰਦਾ ਕਿਉਂ ਦਾ ਜਵਾਬ ਮੈਂ ਲੈਫਟੀਨੈਂਟ ਗਵਰਨਰ ਨੂੰ ਦਊਂਗਾ, ਮੈਂ ਤੁਹਾਡੇ ਅੰਡਰ ਹੀ ਨਹੀਂ। ਇਹ ਦੋਵੇਂ ਐਮ ਐਲ ਏ ਆਪਣੀ ਕੁਰਸੀ ਤੋਂ ਉੱਠੇ ਆ, ਉੱਠ ਕੇ ਉਹਦੇ ਕੋਲ ਗਏ ਆ, ਤੋਂ ਐਵੇਂ ਹੋਈ ਆ। ਉਹ ਉੱਠਣ ਲੱਗਾ ਤੇ ਇਹਨਾਂ ਨੇ ਮੋਢੇ ਤੋਂ ਫੜ ਕੇ ਦਬਾ ਪਾ ਕੇ ਬੈਠ ਕੇ ਫਿਰ ਬਿਠਾ ਤਾ। ਉਹਦੇ ਤੋਂ ਬਾਅਦ ਕੀ ਹੋਇਆ ਪਤਾ ਨੀ, ਇਹ ਕਹਿੰਦਾ ਕਿ ਮੇਰੇ ਥੱਪੜ ਵੀ ਮਾਰਿਆ, ਮੇਰੇ ਕੰਨ ਦੇ ਉੱਤੇ ਵੀ ਏਦਾਂ ਘਚੋਇਆ ਵੀ ਗਿਆ, ਫੜ ਕੇ ਝੰਜੋੜਿਆ ਵੀ ਗਿਆ, ਇਹ ਸਭ ਕੁਝ ਜੋ ਇਹ ਦੱਸਦਾ। ਹੁਣ ਜਿਹੜੀ ਉਹ ਮੈਡੀਕਲ ਰਿਪੋਰਟ ਆਉਂਦੀ ਆ ਉਹ ਚ ਲਿਖਿਆ ਜੀ ਨੀਲ ਦੇ ਨਿਸ਼ਾਨ ਪੈ, ਸੱਟ ਦਾ ਨਿਸ਼ਾਨ ਹੈ, ਸਾਨੂੰ ਪਤਾ ਸੱਟਾਂ ਸੱਟਾਂ ਦੇ ਨਿਸ਼ਾਨ, ਇੱਥੇ ਜੇ ਥੋੜੇ ਜੇ ਪੈਸੇ ਦੇ ਦਈਏ ਤੇ ਕਈ ਡਾਕਟਰ ਆਪਣੇ ਆਪ ਹੀ ਸੱਟ ਲਾ ਕੇ ਛੱਬੀ ਦਾ ਰਿਜ਼ਲਟ ਵੀ ਬਣਾ ਦਿੰਦੇ ਆ। ਉਹਦੇ ਉੱਤੇ ਨੀ ਮੈਂ ਭਰੋਸਾ ਕਰਦਾ, ਪਰ ਭਰੋਸਾ ਕਰਨ ਵਾਲੀ ਗੱਲ ਇਹ ਹੈ ਕਿ ਉੱਥੇ ਸੀਸੀਟੀਵੀ ਕੈਮਰੇ ਲੱਗੇ ਸੀ। ਹੁਣ ਇਹ ਕਹਿੰਦੇ ਆ ਕਿ ਸੀਸੀਟੀਵੀ ਕੈਮਰੇ ਉਸ ਕਮਰੇ ਚ ਨਹੀਂ ਸੀ, ਅੱਗੇ ਪਿੱਛੇ ਸੀ, ਪਰ ਜੇ ਅੱਗੇ ਪਿੱਛੇ ਵੀ ਹੋਣ ਤੇ ਪਤਾ ਲੱਗ ਜਾਂਦਾ ਜਦੋਂ ਕੋਈ ਬੰਦਾ ਅੰਦਰ ਲੜ ਕੇ ਜਾਂ ਕੁੱਟ ਖਾ ਕੇ ਬਾਹਰ ਨਿਕਲਦਾ ਤੇ ਦੋ ਜਾਣੇ ਉਹਦੇ ਮਗਰ ਭੱਜ ਕੇ ਬਾਹਰ ਨਿਕਲਦੇ ਆ ਤੇ ਬਾਹਰਲੇ ਕੈਮਰੇ ਦੱਸ ਦਿੰਦੇ ਵੀ ਕੀ ਹੋਇਆ ਅੰਦਰ, ਉਹ ਚੋਂ ਕੁਝ ਨਾ ਕੁਝ ਤਾਂ ਸਬੂਤ ਮਿਲ ਜਾਣੇ ਆ। ਜਿਹੜੇ ਦਿੱਲੀ ਦੇ ਵਿੱਚ ਲੱਗੇ ਅਫਸਰ ਆ ਉਹਨਾਂ ਦੀ ਇੱਕ ਮਜਬੂਰੀ ਸਮਝਣੀ ਚਾਹੀਦੀ ਆ ਕਿ ਦਿੱਲੀ ਸਰਕਾਰ ਦੇ ਅੰਡਰ ਨੀ ਕਿ ਉਹ ਕੇਂਦਰ ਸਰਕਾਰ ਦੇ ਅੰਡਰ ਹੈ, ਲੈਫਟੀਨੈਂਟ ਗਵਰਨਰ ਦੀ ਮਰਜ਼ੀ ਤੇ ਨੇ। ਸਾਡੇ ਪੰਜਾਬ ਵਿੱਚ ਅਫਸਰ ਲੱਗੇ ਆ ਤੇ ਇਹਨਾਂ ਦਾ ਪੰਜਾਬ ਕੇਡਰ ਹੈ, ਦਿੱਲੀ ਵਾਲਿਆਂ ਦਾ ਦਿੱਲੀ ਕੇਡਰ ਨੀ ਗਾ, ਉਹਦਾ ਦਾਨਿਸ਼ ਕੇਡਰ ਹੈ। ਦਾਨਿਸ਼ ਕੇਡਰ ਦੇ ਵਿੱਚ ਇਹ ਹੁੰਦਾ ਕਿ ਦਿੱਲੀ, ਅੰਡੇਮਾਨ, ਨਿਕੋਬਾਰ, ਚੰਡੀਗੜ੍ਹ ਇਹਨਾਂ ਸਾਰਿਆਂ ਦਾ ਜਿੰਨੀਆਂ ਯੂਟੀਜ਼ ਨੇ ਇਹਨਾਂ ਦਾ ਸਾਂਝਾ ਕੇਡਰ ਹੈ। ਜੇ ਤੇ ਅਫਸਰ ਪਸੰਦ ਹੋਵੇ ਕੇਂਦਰ ਸਰਕਾਰ ਨੂੰ ਦਿੱਲੀ ਚ ਰੱਖਦੇ ਆ, ਨਾ ਪਸੰਦ ਹੋਵੇ ਤੇ ਚੰਡੀਗੜ੍ਹ ਕੱਢ ਦਿੰਦੇ ਆ, ਤੇ ਜੇ ਸਜ਼ਾ ਹੀ ਦੇਣੀ ਹੋਵੇ ਤੇ ਅੰਡੇਮਾਨ ਨਿਕੋਬਾਰ ਭੇਜਦੇ ਆ ਜਿਹਨੂੰ ਬਾਬੇ ਕਾਲਾ ਪਾਣੀ ਕਹਿੰਦੇ ਹੁੰਦੇ ਸੀ ਜੀ। ਉਹਦਾ ਕਰਕੇ ਅਫਸਰ ਡਰਦੇ ਨੇ ਕੇਂਦਰ ਸਰਕਾਰ ਤੋਂ, ਕੇਂਦਰ ਦੇ ਦਬਾਅ ਥੱਲੇ ਨੇ, ਉਸ ਦਬਾਅ ਥੱਲੇ ਹੋਣ ਕਰਕੇ ਉਹ ਅਰਵਿੰਦ ਕੇਜਰੀਵਾਲ ਨਾਲ ਪੂਰੀ ਤਰ੍ਹਾਂ ਮਿਲ ਕੇ ਨਹੀਂ ਚੱਲਦੇ। ਪਰ ਕੇਜਰੀਵਾਲ ਨੂੰ ਵੀ ਸਮਝਣਾ ਚਾਹੀਦਾ ਕਿ ਜੋ ਕੁਛ ਇਹਦੇ ਬੰਦੇ ਕਰਦੇ ਪਏ ਆ ਉਹਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਹੁਣ ਉਹਨਾਂ ਦੇ ਇੱਕ ਐਮ ਐਲ ਏ ਨੇ ਜਾ ਕੇ ਇੱਕ ਜਲਸੇ ਦੇ ਵਿੱਚ ਇੱਕ ਮਹੱਲੇ ਚ ਤਕਰੀਰ ਕਰ ਦਿੱਤੀ ਕਿ ਜਿਹੜੇ ਅਫਸਰ ਸਰਕਾਰ ਦਾ ਕਹਿਣਾ ਨੀ ਮੰਨਦੇ, ਚੁਣੀ ਹੋਈ ਸਰਕਾਰ ਹੈ ਅਰਵਿੰਦ ਕੇਜਰੀਵਾਲ ਦੀ, ਜਿਹੜੇ ਅਫਸਰ ਕਹਿਣਾ ਨੀ ਮੰਨਦੇ ਇਹਨਾਂ ਦੀ ਠਕਾਈ ਹੋਣੀ ਚੰਗੀ ਤਰ੍ਹਾਂ ਨੂੰ ਕੁੱਟਣਾ ਚਾਹੀਦਾ, ਅਫਸਰਾਂ ਨੂੰ ਕੁੱਟਣਾ ਚਾਹੀਦਾ। ਇਹੋ ਜਿਹਾ ਬਿਆਨ ਜਨਤਕ ਜਲਸੇ ਚੋਂ ਬੰਦਾ ਜਦੋਂ ਦੇ ਰਿਹਾ ਤੇ ਅਰਵਿੰਦ ਕੇਜਰੀਵਾਲ ਲਾਗੇ ਬੈਠਾ, ਇਹਦਾ ਫਰਜ਼ ਬਣਦਾ ਸੀ ਉਹਨੂੰ ਟੋਕਦਾ ਕਿ ਨਹੀਂ ਵੀ ਇਸ ਤਰ੍ਹਾਂ ਦੀਆਂ ਗੱਲਾਂ ਨੀ ਚੱਲਣਗੀਆਂ, ਤੁਸੀਂ ਇਹੋ ਜਿਹੀ ਬੇਉਦਾ ਕਿਸਮ ਦੀ ਬਿਆਨਬਾਜ਼ੀ ਨਾ ਕਰੋ, ਅਸੀਂ ਸਰਕਾਰ ਵੀ ਚਲਾਉਣੀ ਹੈ। ਅੱਜ ਮਮਤਾ ਬੈਨਰਜੀ ਜਿਹੜੀ ਆਪ ਹਮੇਸ਼ਾ ਕੇਂਦਰ ਨਾਲ ਆਡਾ ਲਾ ਕੇ ਰੱਖਦੀ ਹੈ, ਪਰ ਆਡਾ ਲਾਉਣ ਦੇ ਵਿੱਚ ਵੀ ਇੱਕ ਹੱਦ ਰੱਖਦੀ ਹੈ। ਉਹਨੇ ਅੱਜ ਅਰਵਿੰਦ ਕੇਜਰੀਵਾਲ ਨੂੰ ਆਖਿਆ ਕਿ ਇਸ ਤਰ੍ਹਾਂ ਸਰਕਾਰ ਨਹੀਂ ਤੇਰੀ ਚੱਲ ਸਕਦੀ, ਤੈਨੂੰ ਕੁਝ ਹੱਦਾਂ ਰੱਖਣੀਆਂ ਪੈਣਗੀਆਂ, ਕੁਝ ਗੱਲਾਂ ਤੇ ਲੜਾਈ ਹੁੰਦੀ ਹੈ, ਕੁਝ ਗੱਲਾਂ ਤੇ ਮਿਲ ਕੇ ਤਾਲਮੇਲ ਵੀ ਕਰਨਾ ਪੈਂਦਾ, ਤੂੰ ਭਾਈ ਤਾਲਮੇਲ ਕਰਨਾ ਸਿੱਖ। ਜੇ ਮਮਤਾ ਬੈਨਰਜੀ ਵੀ ਇਹਨੂੰ ਕਹਿੰਦੀ ਹੈ ਤਾਲਮੇਲ ਕਰਨਾ ਸਿੱਖ, ਤੇ ਫਿਰ ਅਰਵਿੰਦ ਕੇਜਰੀਵਾਲ ਨੂੰ ਕੁਝ ਨਾ ਕੁਝ ਸਿੱਖਣ ਦੀ ਲੋੜ। ਪੰਨੂ ਸਾਹਿਬ, ਪਾਕਿਸਤਾਨ ਦੇ ਰਾਜਦੂਤ ਦੇ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ ਕਰਾਉਣ ਦੀਆਂ ਮਿਉਂਤਾ ਹੈ ਜੀ? ਰਾਜਦੂਤ ਨੀ ਗਾ, ਅਸਲ ਚ ਦੂਤ ਹੈ। ਜਿਹੜਾ ਰਾਜਦੂਤ ਹੁੰਦਾ ਨਾ ਉਹ ਅੰਬੈਸੀ ਜਾਂ ਹਾਈ ਕਮਿਸ਼ਨ ਦਾ ਮੁਖੀ ਹੁੰਦਾ। ਜਿਹੜਾ ਦੂਤ ਹੁੰਦਾ ਉੱਥੇ ਜਿੰਨੇ ਵੀ ਬੰਦੇ ਸਟਾਫ ਦੇ ਵਿੱਚ ਆਏ ਹੋਣ, ਭਾਵੇਂ ਉਹ ਕਲਰਕ ਹੋਣ, ਭਾਵੇਂ ਐਂਟਰੀ ਕਲੀਅਰੈਂਸ ਅਫਸਰ ਹੋਣ, ਵੀਜ਼ਾ ਅਫਸਰ ਹੋਣ, ਕੁਛ ਵੀ ਹੋਣ, ਉਹ ਸਾਰੇ ਦੇ ਸਾਰੇ ਡਿਪਲੋਮੈਟ ਹੁੰਦੇ, ਉਹ ਦੂਤ ਗਿਣੇ ਜਾਂਦੇ ਆ। ਬਾਕੀ ਦੇਸ਼ ਆਪਣੇ ਜਿੰਨੇ ਕੁ ਡਿਪਲੋਮੈਟਸ ਹੈ ਦੂਤ ਨੇ ਉਹਨਾਂ ਨੂੰ ਸਿਆਸੀ ਜਾਂ ਸ਼ੈਤਾਨੀ ਕਿਸਮ ਦੀਆਂ ਗਤੀਵਿਧੀਆਂ ਇਹਨਾਂ ਸਰਗਰਮੀਆਂ ਤੋਂ ਪਾਸੇ ਰੱਖਦੇ ਆ। ਪਾਕਿਸਤਾਨ ਦੀ ਸਰਕਾਰ ਤੇ ਉਹਦੀਆਂ ਖੁਫੀਆ ਏਜੰਸੀਆਂ ਆਪਣੇ ਇਹੋ ਜਿਹੇ ਅਫਸਰਾਂ ਨੂੰ ਵੀ ਵਰਤਣੋਂ ਰਹਿੰਦੀਆਂ ਨੇ। ਇੱਥੇ ਭਾਰਤ ਵਿੱਚ ਇੱਕ ਉਹਨਾਂ ਦਾ
ਹਾਈ ਕਮਿਸ਼ਨ ਦੇ ਵਿਚ ਇਹੋ ਜਿਹਾ ਸਟਾਫਰ ਹੁੰਦਾ ਸੀ ਪਾਕਿਸਤਾਨ ਤੋਂ ਆਇਆ, ਉਹਦੇ ਬੱਚੇ ਜਿਹੜੇ ਅੰਗਰੇਜ਼ੀ ਸਕੂਲ ਚ ਦਿੱਲੀ ਚ ਪੜ੍ਹਦੇ ਸੀ, ਬੱਚਿਆਂ ਦੀ ਫੀਸ ਜਮਾ ਕਰਾਉਣ ਗਿਆ ਤੇ ਚੈੱਕ ਨੀ ਦਿੱਤਾ, ਕਾਰਡ ਤੋਂ ਪੇਮੈਂਟ ਨੀ ਕੀਤੀ, ਕੈਸ਼ ਪੇਮੈਂਟ ਉੱਥੇ ਰੱਖਤੀ, ਆ ਲੈ ਲਓ ਜੀ ਜਮਾ ਕਰ ਲਓ, ਤੇ ਸਾਰੇ ਦੇ ਸਾਰੇ ਨੋਟ ਜਾਲੀ ਸਨ। ਐਡਮਿਸ਼ਨ ਕਰਾਉਣ ਵਾਸਤੇ ਫੀਸਾਂ ਦੇਣ ਵਾਸਤੇ ਜਾਲੀ ਨੋਟ, ਅਸਲ ਵਿਚ ਜਿਹੜੇ ਆਈ ਐਸ ਆਈ ਭਾਰਤ ਦੀ ਜਾਲੀ ਕਰੰਸੀ ਇੱਥੇ ਚਲਾਉਣਾ ਚਾਹੁੰਦੀ ਹੈ, ਉਹ ਬਾਹਰ ਦੇ ਲੋਕਾਂ ਤੋਂ ਨੀ ਆਪਣੇ ਸਟਾਫਰ ਦੇ ਰਾਹੀਂ ਚਲਾਉਣ ਦਾ ਯਤਨ ਕੀਤਾ ਸੀ, ਫਿਰ ਭਾਰਤ ਸਰਕਾਰ ਨੇ ਉਹ ਬੰਦੇ ਨੂੰ ਭਜਾਤਾ ਸੀ ਤੇ ਦੌੜ ਜਾ ਧੋਣ। ਹੁਣ ਇਹ ਜਿਹੜਾ ਬੰਦਾ ਇਸ ਵੇਲੇ ਦਬਾਅ ਹੇਠ ਹੈ, ਇਹਦਾ ਨਾਂ ਅਮਰ ਜਵੇਰ ਸਦੀਕੀ ਹੈ, ਇਹ ਭਾਰਤ ਵਿਚ ਨਹੀਂ ਸੀ ਹੁੰਦਾ, ਇਹਦੀ ਪੋਸਟਿੰਗ ਸੀਗੀ ਸ੍ਰੀਲੰਕਾ ਚ। ਜਦੋਂ ਮੁੰਬਈ ਦੇ ਵਿਚ ਬਹੁਤ ਵੱਡਾ ਦਹਿਸ਼ਤਗਰਦ ਹਮਲਾ ਹੋਇਆ, ਉਦੋਂ ਇਹ ਗੱਲ ਸਾਹਮਣੇ ਆਈ ਸੀ ਕਿ ਹਮਲਾ ਕਰਨ ਤੋਂ ਪਹਿਲਾਂ ਅਮਰੀਕਾ ਵਿਚ ਬੈਠੇ ਦਾਊਦ ਗਿਲਾਨੀ ਨੂੰ ਅਮਰੀਕਾ ਦਾ ਸਿਟੀਜਨ ਬਣਾ ਕੇ, ਕ੍ਰਿਸਚਨ ਬਣਾ ਕੇ, ਡੇਵਿਡ ਕੋਲਮੈਨ ਹੈਡਲੀ ਬਣਾ ਕੇ ਇੱਥੇ ਭੇਜਿਆ ਗਿਆ ਸੀ। ਉਹਨੇ ਇੱਥੇ ਆ ਕੇ ਜਿਹੜੀਆਂ ਹੋਟਲਾਂ ਦੇ ਬਿੱਲਾਂ ਵਾਲੀਆਂ ਕਾਪੀਆਂ ਸਨ, ਪਰਚੀਆਂ ਸਨ, ਉਹਨਾਂ ਦੇ ਉੱਤੇ ਕੱਚੇ ਪੱਕੇ ਰਾਹਾਂ ਦੇ, ਗਲੀਆਂ ਦੇ ਨਕਸ਼ੇ ਬਣਾਏ ਸਨ, ਤੇ ਜਦੋਂ ਅੱਤਵਾਦੀ ਆਏ ਹਮਲਾ ਕਰਨ ਤੇ ਜਿਹੜੀ ਰੈਕੀ ਕੀਤੀ ਹੋਈ ਸੀ ਡੇਵਿਡ ਕੋਲਮੈਨ ਹੈਡਲੀ ਦੀ, ਉਹਨਾਂ ਪਰਚੀਆਂ ਦੇ ਆਸਰੇ ਉਹਨਾਂ ਨੇ ਅੱਡ ਅੱਡ ਇਮਾਰਤਾਂ ਦੇ ਉੱਤੇ ਜਾ ਕੇ ਹਮਲੇ ਕੀਤੇ, ਨਿਸ਼ਾਨ ਕੀਤੇ ਸਨ, ਉਹ ਪਰਚੀਆਂ ਪੜੀਆਂ ਗਈਆਂ ਸਨ। ਡੇਵਿਡ ਕੋਲਮੈਨ ਹੈਡਲੀ ਤੇ ਇਸ ਵੇਲੇ ਅਮਰੀਕਾ ਦੀ ਜੇਲ ਚ। ਉਸ ਅੱਤਵਾਦੀ ਹਮਲੇ ਤੋਂ ਜਿਹੜਾ 2008 ਚ ਹੋਇਆ ਸੀ, ਉਹਦੇ ਤੋਂ ਬਾਅਦ ਪਾਕਿਸਤਾਨ ਦੀ ਖੁਫੀਆ ਏਜੰਸੀ ਨੇ ਸ੍ਰੀਲੰਕਾ ਚ ਬੈਠੇ ਆਪਣੇ ਇਸ ਬੰਦੇ ਅਮਰ ਜ਼ਬੇਰ ਸਦੀਕੀ ਦੇ ਰਾਹੀਂ ਇੱਕ ਕੰਮ ਹੋਰ ਕੀਤਾ ਕਿ ਉਸ ਸ੍ਰੀਲੰਕਾ ਤੋਂ ਦੋ ਮੁਸਲਮਾਨ ਮੁੰਡੇ ਏਜੰਟ ਬਣਾ ਕੇ ਇੱਥੇ ਭੇਜੇ ਤੇ ਉਹਨਾਂ ਨੂੰ ਕੰਮ ਸੌਂਪਿਆ ਗਿਆ ਕਿ ਜਿੱਥੇ ਜਿੱਥੇ ਅਮਰੀਕਾ ਵਾਲਿਆਂ ਦੇ ਕੌਂਸਲੇਟ ਆ ਜਾਂ ਇਸਰਾਇਲ ਵਾਲਿਆਂ ਦੇ ਕੌਂਸਲੇਟ ਆ ਜਾਂ ਉਹਨਾਂ ਦੇ ਅੰਬੈਸੀਆਂ ਦੇ ਦਫ਼ਤਰ ਨੇ, ਉਹਨਾਂ ਦੇ ਸਾਰੇ ਕੱਚੇ ਪੱਕੇ ਰਾਹ ਦੀ ਰੈਕੀ ਕਰਕੇ ਤੇ ਉਹਦੇ ਨਕਸ਼ੇ ਬਣਾਏ ਜਾਣ। ਉਹ ਨਕਸ਼ੇ ਬਣਾਉਂਦੇ ਰਹੇ, ਅਖੀਰ ਉਹ ਫੜੇ ਗਏ। ਕੋਸ਼ਿਸ਼ ਉਹਨਾਂ ਦੀ ਇਹ ਸੀ ਕਿ ਇਹਨਾਂ ਨਕਸ਼ਿਆਂ ਦੇ ਰਾਹੀਂ ਅਮਰੀਕਾ ਦੇ ਹਾਈ ਕਮਿਸ਼ਨਰ ਤੇ ਅਮਰੀਕਾ ਦੀਆਂ ਅੰਬੈਸੀਆਂ ਦੇ ਉੱਤੇ ਹਿੱਟ ਕਰਨਾ। ਉਹ ਫੜੇ ਗਏ, ਫੜੇ ਜਾਣ ਤੋਂ ਬਾਅਦ ਉਹਨਾਂ ਸਾਫ਼ ਦੱਸਤਾ ਕਿ ਪਾਕਿਸਤਾਨ ਦਾ ਡਿਪਲੋਮੈਟ ਤੇ ਸ੍ਰੀਲੰਕਾ ਚ ਬੈਠਾ ਤੇ ਉਹਨੇ ਸਾਨੂੰ ਭੇਜਿਆ, ਅਸੀਂ ਤਾਂ ਉਹਦੇ ਭੇਜੇ ਹੋਏ ਆਏ ਹਾਂ। ਇਹਦੇ ਬਾਅਦ ਭਾਰਤ ਸਰਕਾਰ ਨੇ ਸ੍ਰੀਲੰਕਾ ਦੇ ਉੱਤੇ ਇਸ ਗੱਲ ਦਾ ਦਬਾਅ ਪਾਇਆ ਕਿ ਬੰਦਾ ਇੱਥੇ ਬੈਠ ਕੇ ਦੰਦ ਪਾਉਂਦਾ ਪਿਆ, ਇਹਨੂੰ ਪਾਕਿਸਤਾਨ ਵਾਪਸ ਭੇਜ ਦਿਓ, ਜੇ ਇਹਨੇ ਇਹੋ ਕੁਝ ਕਰਨਾ ਤੇ ਲਾਹੌਰ ਜਾਂ ਕਰਾਚੀ ਕਿਹੜਾ ਭਾਰਤ ਤੋਂ ਦੂਰ ਹੈ, ਇਹ ਉੱਥੇ ਬੈਠ ਕੇ ਕਰੀ ਜਾਵੇ, ਜਦੋਂ ਤੁਹਾਡੇ ਦੇਸ਼ ਚ ਬੈਠ ਕੇ ਕਰਦਾ ਤੇ ਆਪਣੇ ਸੰਬੰਧ ਖਰਾਬ ਹੋਣਗੇ। ਸ੍ਰੀਲੰਕਾ ਨੇ ਉਹਨੂੰ ਵਾਪਸ ਭੇਜਤਾ ਸੀ, ਉਦੋਂ ਦੀ ਜਾਂਚ ਚੱਲਦੀ ਪਈ ਸੀ ਤੇ ਸਾਡੀ ਭਾਰਤ ਦੀ ਕੌਮੀ ਜਾਂਚ ਏਜੰਸੀ ਨੇ ਹੁਣ ਅਦਾਲਤ ਵਿਚ ਉਸ ਕੇਸ ਦੀ ਚਾਰਜਸ਼ੀਟ ਪੇਸ਼ ਕੀਤੀ ਹੈ। ਉਹ ਚਾਰਜਸ਼ੀਟ ਦੇ ਨਾਲ ਸਾਰੇ ਦੋਸ਼ ਜਿਹੜੇ ਆ ਅਮਰ ਜ਼ਬੇਰ ਸਦੀਕੀ ਦੇ ਉੱਤੇ ਵੀ ਲਾਇਆ ਗਿਆ, ਪਾਕਿਸਤਾਨ ਦੇ ਉਸ ਡਿਪਲੋਮੈਟ ਤੇ। ਉਹਦੇ ਸੰਬੰਧ ਵਿਚ ਸਾਡੀ ਐਨ ਆਈ ਏ ਨੇ ਅਦਾਲਤ ਨੂੰ ਬੇਨਤੀ ਕੀਤੀ ਹੈ ਕਿ ਸਦੀਕੀ ਦਾ ਜਿਹੜਾ ਰੈਡ ਕਾਰਨਰ ਵਾਰੰਟ ਹੈ ਉਹ ਦਿੱਤਾ ਜਾਵੇ। ਉਹਦੇ ਨਾਲ ਇਹ ਹੁੰਦਾ ਕਿ ਉਸ ਵਾਰੰਟ ਵਾਲਾ ਬੰਦਾ ਦੁਨੀਆਂ ਦੇ ਕਿਸੇ ਵੀ ਏਅਰਪੋਰਟ ਤੇ ਜਾਵੇ, ਜੇ ਉਸ ਦੇਸ਼ ਦੀ ਏਜੰਸੀ ਇਮਾਨਦਾਰੀ ਨਾਲ ਕੰਮ ਕਰਦੀ ਹੋਵੇ ਤੇ ਉਹਨੂੰ ਫੜ ਕੇ ਨੁਕਰੇ ਬਿਠਾ ਲੈਂਦੀ ਹੈ ਤੇ ਅੱਗੇ ਨਹੀਂ ਲੰਘਣ ਦਿੰਦੀ, ਫਿਰ ਉਹ ਭਾਰਤ ਨੂੰ ਸੌਂਪ ਸਕਦੀ ਹੈ। ਕੁਝ ਲੋਕ ਇਹ ਕਹਿੰਦੇ ਆ ਕਿ ਪਾਕਿਸਤਾਨ ਦੇ ਵਿਚ ਬੈਠਾ ਸਦੀਕੀ ਤੇ ਉਹਨੂੰ ਲਿਆਊ ਇੱਥੇ ਕੌਣ? ਰੈਡ ਕਾਰਨ ਨੋਟਿਸ ਵੀ ਹੋ ਗਿਆ ਤੇ ਉਹ ਤਾਂ ਅੱਗੇ ਦਾਊਦ ਇਬਰਾਹਿਮ ਦੇ ਬਾਰੇ ਵੀ ਆ, ਉਹ ਕਿਹੜਾ ਫੜਿਆ ਜਾਂਦਾ? ਇਹਦੇ ਬਾਵਜੂਦ ਤਾਂ ਨਿਕਲ ਜਾਂਦਾ ਹਰ ਵਾਰੀ। ਜਦੋਂ ਪਾਕਿਸਤਾਨ ਵਾਲਿਆਂ ਦੀ ਨੀਤੀ ਇਹੋ ਜਿਹੀ ਹੈ ਤੇ ਉਹਨਾਂ ਨੇ ਤਾਂ ਉਸਾਮਾ ਬਿਨ ਲਾਦਿਨ ਨੂੰ ਵੀ ਮਰਨ ਤੱਕ ਪਾਕਿਸਤਾਨ ਚ ਲੁਕਾ ਕੇ ਰੱਖਿਆ ਸੀ, ਤੇ ਮੁੱਲਾ ਉਮਰ ਜਿਹੜਾ ਅਮਰੀਕਾ ਨੂੰ ਚਾਹੀਦਾ ਸੀ ਉਹ ਬਿਮਾਰ ਹੋ ਗਿਆ ਤੇ ਉਹਦੇ ਮਿਲਟਰੀ ਹਸਪਤਾਲ ਚ ਉਹਦਾ ਇਲਾਜ ਕਰਾਉਂਦੇ ਰਹੇ ਤੇ ਫਿਰ ਉਹਦੇ ਮਰਨ ਤੋਂ 2 ਸਾਲ ਬਾਅਦ ਤੱਕ ਉਹਦੀ ਖਬਰ ਲੁਕਾ ਕੇ ਰੱਖੀ ਸੀ, ਤੇ ਪਾਕਿਸਤਾਨ ਵਾਲੇ ਆਪਣਾ ਬੰਦਾ ਸਦੀਕੀ ਜਿਹੜਾ ਉਹ ਭਾਰਤ ਦੇ ਹਵਾਲੇ ਕਿਸ ਤਰ੍ਹਾਂ ਕਰ ਦੇਣ? ਉਹਨਾਂ ਨੇ ਨਹੀਂ ਕਰਨਾ, ਇਹ ਗੱਲ ਆਖੀ ਜਾਂਦੀ ਹੈ। ਪਰ ਇੱਕ ਦੂਸਰਾ ਪੱਖ ਵੀ ਹੈ, ਅਬੂ ਸਲੇਮ ਤੇ ਮੋਨਿਕਾ ਬੇਦੀ ਜਿਹੜੀ ਹੈ, ਇਹਨਾਂ ਦੇ ਵੀ ਰੈਡ ਕਾਰਨ ਨੋਟਿਸ ਜਾਰੀ ਹੋਏ ਸਨ। ਉਹਨਾਂ ਨੋਟਿਸਾਂ ਦੇ ਨਾਲ ਉਹ ਕਦੇ ਡਬਈ ਕਦੇ ਕਿਤੇ ਸਭ ਥਾਂ ਘੁੰਮਦੇ ਫਿਰਦੇ ਸਨ, ਉਹਨਾਂ ਨੂੰ ਕੁਛ ਨਹੀਂ ਸੀ ਹੁੰਦਾ। ਜਦੋਂ ਪੁਰਤਗਾਲ ਗਏ ਉੱਥੇ ਜਾ ਕੇ ਫਸ ਗਏ, ਉੱਥੋਂ ਦੀ ਸਰਕਾਰ ਨੇ ਫੜ ਲਏ, ਫਿਰ ਕੇਸ ਕਰਕੇ ਭਾਰਤ ਸਰਕਾਰ ਨੇ ਇੱਥੇ ਲਿਆਂਦੇ ਸੀ। ਹੁਣ ਅੱਜ ਹੀ ਅਖਬਾਰਾਂ ਚ ਖਬਰ ਆਈ ਹੈ ਕਿ ਕੇਰਲਾ ਦੇ ਵਿਚ ਇੱਕ ਮੁਸਲਮਾਨ ਪ੍ਰਚਾਰਕ ਹੁੰਦਾ ਸੀ, ਬੜਾ ਪੜ੍ਹਿਆ ਲਿਖਿਆ, ਉਹ ਮੁੰਡਿਆਂ ਨੂੰ ਅੱਤਵਾਦ ਦੇ ਰਾਹ ਤਿਆਰ ਕਰਕੇ ਤੋਰਦਾ ਹੁੰਦਾ ਸੀ। ਕੇਰਲਾ ਦੀ ਪੁਲਿਸ ਨੂੰ ਪਤਾ ਲੱਗ ਗਿਆ, ਉਹਨਾਂ ਕੇਸ ਦਰਜ ਕੀਤਾ, ਜਦੋਂ ਫੜਨਾ ਸੀ ਫੜਨ ਤੋਂ ਪਹਿਲਾਂ ਉਹ ਭੱਜ ਗਿਆ, ਉਹ ਚਲਾ ਗਿਆ ਆਸਟ੍ਰੇਲੀਆ। ਕੇਰਲਾ ਦੀ ਪੁਲਿਸ ਨੇ ਉਹਦਾ ਲੁੱਕਆਊਟ ਕਾਰਨਰ ਜਾਰੀ ਕੀਤਾ ਹੋਇਆ ਸੀ। ਉਹਨਾਂ ਨੂੰ ਅਚਾਨਕ ਆਸਟ੍ਰੇਲੀਆ ਤੋਂ
ਉਧਰ ਸਾਊਦੀ ਅਰਬ ਜਾਣਾ ਪੈ ਗਿਆ ਤੇ ਜਿਹੜੀ ਫਲਾਈਟ ਜਾਣੀ ਸੀ ਉਹ ਆਸਟ੍ਰੇਲੀਆ ਤੋਂ ਆ ਕੇ ਇੱਥੇ ਹੈਦਰਾਬਾਦ ਤੋਂ ਜਹਾਜ਼ ਬਦਲਣਾ ਸੀ। ਇੱਥੇ ਆ ਕੇ ਜਦੋਂ ਜਹਾਜ਼ ਚੋਂ ਨਿਕਲ ਕੇ ਇੱਕ ਜਹਾਜ਼ ਚੋਂ ਦੂਸਰੇ ਚ ਬੈਠਣਾ ਸੀ, ਇਹਦੇ ਦਰਮਿਆਨ ਪਾਸਪੋਰਟ ਚੈੱਕ ਹੋ ਗਿਆ ਤੇ ਪਤਾ ਲੱਗ ਗਿਆ ਕਿ ਇਹ ਬੰਦਾ ਤਿਉਹ ਜਿਹਦਾ ਰੈੱਡ ਕਾਰਡ ਨੋਟਿਸ ਜਾਰੀ ਹੋ ਗਿਆ, ਕੱਲ ਦਾ ਉਹ ਵੀ ਫੜਿਆ ਗਿਆ। ਹੁਣ ਇਸੇ ਤਰ੍ਹਾਂ ਹੀ ਭਾਰਤ ਸਰਕਾਰ ਇਹ ਆਖ ਸਕਦੀ ਹੈ ਕਿ ਜਾਂ ਤਾਂ ਆਮਰ ਜ਼ਬੇਰ ਸਦੀਕੀ ਲਗਾਤਾਰ ਪਾਕਿਸਤਾਨ ਵਿਚ ਰਹੇਗਾ, ਬਾਹਰ ਨਹੀਂ ਜਾਵੇਗਾ ਤੇ ਉੱਥੇ ਬਚਿਆ ਰਹੇਗਾ, ਤੇ ਜਾਂ ਫਿਰ ਜੇ ਬਾਹਰ ਗਿਆ ਕਿਸੇ ਵੀ ਏਅਰਪੋਰਟ ਤੇ ਤੇ ਉੱਥੇ ਫੜਿਆ ਗਿਆ ਤੇ ਪੈਰ ਥੱਲੇ ਬਟੇਰਾ ਆਉਣ ਵਾਂਗ ਜਦੋਂ ਕਾਬੂ ਆ ਗਿਆ ਫਿਰ ਉਹ ਭਾਰਤ ਨੂੰ ਸੌਂਪ ਦੇਣਗੇ। ਭਾਰਤ ਨੇ ਕੋਸ਼ਿਸ਼ ਇਹ ਕੀਤੀ ਹੈ ਤੇ ਠੀਕ ਕੀਤੀ ਹੈ, ਬੰਦਾ ਇਸੇ ਕਾਬਲ ਹੋ। ਤੇ ਪੰਨੂ ਸਾਹਿਬ ਅਗਲੀ ਗੱਲ ਕਰੀਏ ਜੀ, ਨਾ ਭਾਈ ਥੋੜੀ ਡਿਸਟਰਬੈਂਸ ਹੈ ਜੀ, ਮੈਂ ਮਾਫੀ ਚਾਹੂੰਗਾ ਜੇ ਕਿਤੇ ਆਉਂਦੀ ਹੈ। ਤੇ ਜਿਹੜਾ ਪਾਕਿਸਤਾਨ ਵਾਲਾ ਇਹ ਮਸਲਾ ਤਾਂ ਹੈ ਜੀ, ਦੂਸਰੇ ਪਾਸੇ ਪਾਕਿਸਤਾਨ ਦਾ ਜਿਹੜਾ ਮਰਹੂਮ ਸਿੱਖ ਸਾਂਸਦ ਦਾ ਬੇਟਾ ਹੈ ਉਹ ਵੀ ਸਰਕਾਰ ਤੋਂ ਖਫਾ ਹੈ, ਸਰੂਨ ਸਿੰਘ ਸੀ ਉਹਨਾਂ ਦਾ ਨਾਂ ਜੀ, ਇਹਦੀ ਕੀ ਸਮੱਸਿਆ? ਉਹਦਾ ਨਾਂ ਸੋਰਨ ਸਿੰਘ ਸੀਗਾ, ਉਰਦੂ ਦੇ ਵਿਚ ਉਹਨਾਂ ਦੀ ਬੋਲੀ ਚ ਲਿਪੀ ਚ ਇੱਕ ਲਫ਼ਜ਼ ਹੈ ਵਾਹ, ਉਹ ਵਾਹ ਜਿਹੜਾ ਉਹ ਵਵੇ ਦੀ ਆਵਾਜ਼ ਵੀ ਦਿੰਦਾ ਹੋੜੇ ਤੇ ਕਨੌੜੇ ਦੀ ਵੀ ਦਿੰਦਾ, ਜਿੱਦਾਂ ਨੌਜਵਾਨ ਵੀ ਹੁੰਦਾ ਤੇ ਨਵਜਵਾਨ ਵੀ ਹੁੰਦਾ। ਉਹਨਾਂ ਦੇ ਕਈ ਲਫ਼ਜ਼ ਇਸ ਤਰ੍ਹਾਂ ਦੇ ਆ ਕਿ ਜਿਹੜਾ ਨੰਨਾ ਮਗਰ ਪਾਇਆ ਨੂਨ ਹੈ ਉਹਦੇ ਨਾਲ ਹਿੰਦੁਸਤਾਨ ਵੀ ਬਣ ਜਾਂਦਾ ਤੇ ਹਿੰਦੁਸਤਾਨ ਵੀ ਬਣ ਜਾਂਦਾ, ਖਾਨ ਵੀ ਬਣ ਜਾਂਦਾ, ਖਾਮ ਵੀ ਬਣ ਜਾਂਦਾ, ਉਹ ਦੋਵੇਂ ਲਫ਼ਜ਼ ਵਰਤਣੇ ਸੀ। ਇਸੇ ਤਰ੍ਹਾਂ ਹੀ ਉਹਦਾ ਨਾਂ ਤਾਂ ਅਸਲ ਚ ਹੈਗਾ ਸੀ ਸਵਰਨ ਸਿੰਘ, ਪਰ ਉਹ ਕਿਉਂਕਿ ਉਹਨਾਂ ਦੇ ਉਥੋਂ ਦੀ ਬੋਲੀ ਦੇ ਵਿਚ ਵਾਹ ਪਾਉਂਦੇ ਇਸ ਕਰਕੇ ਸਵਰਨ ਦੇ ਬਜਾਏ ਉਹ ਸੋਰਨ ਸਿੰਘ ਬਣ ਜਾਂਦਾ ਸੀ, ਪਰ ਉਹ ਸਵਰਨ ਸਿੰਘ ਵੀ ਬਣ ਜਾਂਦਾ ਸੀ। ਉਹਦਾ ਹੋ ਗਿਆ ਸੀ ਕਤਲ, ਪਹਿਲਾਂ ਤਾਂ ਦੂਸਰੇ ਲੋਕਾਂ ਤੇ ਸ਼ੱਕ ਕੀਤਾ ਜਾਂਦਾ ਰਿਹਾ, ਫਿਰ ਇੱਕ ਹਿੰਦੂ ਲੀਡਰ ਉੱਥੇ ਸੀ ਉਹਦਾ ਪਤਾ ਲੱਗ ਗਿਆ ਕਿ ਉਹ MLA ਬਣਨਾ ਚਾਹੁੰਦਾ ਤੇ ਉਹ ਸਮਝਦਾ ਸੀ ਜਦ ਤੱਕ ਸੋਰਨ ਸਿੰਘ ਅੱਗੇ ਆ ਇਹਦੇ ਹੁੰਦਿਆਂ ਮੇਰੀ ਵਾਰੀ ਕਦੇ ਨੀ ਆਉਣੀ, ਤੇ ਉਹਨੇ ਕਤਲ ਕਰਵਾਇਆ ਸੀ। ਉਹ ਸਾਰੀ ਗੱਲ ਸਾਬਿਤ ਹੋ ਗਈ, ਉਹ ਹਿੰਦੂ ਲੀਡਰ ਮੰਨ ਵੀ ਗਿਆ। ਹੁਣ ਜਦੋਂ ਕੇਸ ਚੱਲਦਾ ਪਿਆ, ਚੱਲਦੇ ਕੇਸ ਦੇ ਦੌਰਾਨ ਇਹਨਾਂ ਨੂੰ ਜਿਹੜੀ ਉੱਥੇ ਖੈਬਰ ਪਖਤੂਨਖਵਾ ਦੇ ਸਰਕਾਰ ਚੱਲਦੀ ਹੋਈ ਇਮਰਾਨ ਖਾਨ ਦੀ ਪਾਰਟੀ ਦੀ ਉੱਥੋਂ ਦੇ ਅਸੈਂਬਲੀ ਦੇ ਵਿਚ ਵੀ ਮਤਲਬ ਦੋ ਸਦਨ ਨੇ, ਇੱਕ ਤਾਂ ਲੋਕਾਂ ਵੱਲੋਂ ਚੁਣਿਆ ਹੁੰਦਾ ਤੇ ਇੱਕ ਸੈਨੇਟ ਹੁੰਦੀ ਆ, ਜਿਸ ਤਰ੍ਹਾਂ ਆਪਣੇ ਪੰਜਾਬ ਵਿਚ ਇੱਥੇ ਵਿਧਾਨ ਸਭਾ, ਪਰ ਯੂਪੀ ਵਿਚ ਵਿਧਾਨ ਸਭਾ ਤੇ ਵਿਧਾਨ ਪ੍ਰੀਸ਼ਦ ਦੋ ਨੇ। ਜਿਹੜੇ ਵਿਧਾਨ ਪ੍ਰੀਸ਼ਦ ਵਾਲੇ ਆ ਉਹਨਾਂ ਦੇ ਰਾਈਟ ਰਾਜ ਸਭਾ ਵਾਂਗ ਬਹੁਤ ਹੁੰਦੇ ਨੇ, ਪਰ ਉਹ ਕਦੇ ਵੀ ਰਾਸ਼ਟਰਪਤੀ ਚੋਣ ਚ ਹਿੱਸਾ ਨਹੀਂ ਪਾ ਸਕਦੇ, ਬਾਕੀ ਸਭ ਰਾਈਟ ਸੋਨੇ ਹੁੰਦੇ ਆ, ਤਨਖਾਹਾਂ ਪੂਰੀਆਂ ਮਿਲਦੀਆਂ, ਸਭ ਕੁਝ ਮਿਲਦਾ। ਏਦਾਂ ਹੀ ਉਹਨਾਂ ਦੀ ਜਿਹੜੀ ਸੈਨੇਟ ਹੈ ਉੱਥੇ, ਉਹ ਸੈਨੇਟ ਦੀ ਮੈਂਬਰੀ ਮਿਲਣੀ ਸੀ, ਉਹ ਸੈਨੇਟ ਦੀ ਮੈਂਬਰੀ ਕੁਝ ਲੋਕ ਤਾਂ ਚੁਣ ਕੇ ਆਉਂਦੇ ਪੰਚਾਇਤ ਸਮਿਤੀਆਂ ਚੋਂ, ਕੁਝ ਗ੍ਰੈਜੂਏਟ ਹਲਕਿਆਂ ਚੋਂ, ਕੁਝ ਟੀਚਰਾਂ ਚੋਂ, ਅੱਡ ਅੱਡ ਪਾਸਿਆਂ ਤੋਂ ਚੁਣੇ ਜਾਂਦੇ ਆ। ਉਹ ਜਿਹੜੇ ਚੁਣੇ ਜਾਂਦੇ ਨੇ ਉਹਨਾਂ ਦੇ ਵਿਚ ਉਸ ਹਿੰਦੂ ਲੀਡਰ ਦਾ ਨਾਂ ਇਸ ਵਾਰੀ ਪੈ ਗਿਆ ਕਿ ਇਹਨੂੰ ਵੀ ਸੈਨੇਟ ਦਾ ਮੈਂਬਰ ਬਣਾ ਦਿਓ, ਯਾਨੀ MLA ਨਹੀਂ MLC ਬਣਾ ਦਿਓ। ਉਹਦੇ ਤੋਂ ਹੁਣ ਸੋਰਨ ਸਿੰਘ ਦੇ ਮੁੰਡੇ ਨੇ ਇਤਰਾਜ਼ ਕੀਤਾ ਕਿ ਰਾਜ ਕਰਦੀ ਪਾਰਟੀ ਸੈਨੇਟ ਦੇ ਵਿਚ ਸਿਰਫ ਇੱਕ ਆਪਣੀ ਸੀਟ ਵਧਾਉਣ ਵਾਸਤੇ ਇਹੋ ਜਿਹੇ ਬੰਦੇ ਨੂੰ ਜੇ ਚੁੱਕ ਕੇ ਉੱਥੇ ਪਹੁੰਚਾਉਂਦੀ ਹੈ ਜਿਹਨੇ ਸਾਡੇ ਪਿਓ ਕਤਲ ਕੀਤਾ, ਔਰ ਪਿਓ ਵੀ ਤੁਹਾਡੀ ਪਾਰਟੀ ਦਾ MLA ਸੀ, ਤੇ ਫਿਰ ਬੜੀ ਮਾੜੀ ਗੱਲ ਆ। ਉਸ ਪਰਿਵਾਰ ਨੇ ਪ੍ਰੋਟੈਸਟ ਕੀਤਾ, ਉਹਨਾਂ ਨੇ ਆਖਿਆ ਜੀ ਅਸੀਂ ਅਦਾਲਤ ਤੱਕ ਵੀ ਜਾਵਾਂਗੇ ਜੇ ਇਸ ਬੰਦੇ ਨੂੰ ਉੱਥੇ ਪਹੁੰਚਾਇਆ ਗਿਆ, ਪਰ ਜਿਹਦੀ ਰਾਜ ਚੱਲਦਾ ਹੋਵੇ ਉਹ ਜੋ ਮਰਜ਼ੀ ਕਰ ਲਵੇ, ਅਦਾਲਤਾਂ ਵੀ ਉਹਦੇ ਵਿਚ ਬਹੁਤਾ ਕੁਛ ਨਹੀਂ ਦਖਲ ਦੇ ਸਕਦੀਆਂ ਹੁੰਦੀਆਂ। ਪੰਨੂ ਸਾਹਿਬ ਜਿਹਦਾ ਰਾਜ ਚੱਲਦਾ ਅੜਿੱਕੇ ਉਹਦੇ ਵਾਸਤੇ ਵੀ ਲੱਗੀ ਜਾਂਦੇ, ਹੁਣ ਦੁੱਲੋ ਤੇ ਬਾਜਵਾ ਜਿਹੜੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਖਿਲਾਫ ਬਿਆਨਬਾਜ਼ੀ ਕਰ ਰਹੇ ਆ, ਬੜਾ ਚਿਰ ਤੱਕ ਚੁੱਪ ਰਹੇ, ਹੁਣ ਬਿਆਨਬਾਜ਼ੀ ਸ਼ੁਰੂ ਹੋ ਗਈ, ਉਹਦਾ ਇੱਕ ਕਾਰਨ ਹੈ। ਸ਼ਮਸ਼ੇਰ ਸਿੰਘ ਦੁੱਲੋ ਨੇ ਪਿਛਲੇ ਸਾਲ ਬਿਆਨਬਾਜ਼ੀ ਉਦੋਂ ਕੀਤੀ ਸੀ ਜਦੋਂ ਰਾਜ ਸਭਾ ਦੀ ਸੀਟ ਆਈ ਤੇ ਕੈਪਟਨ ਅਮਰਿੰਦਰ ਸਿੰਘ ਨੇ ਹੰਸਰਾਜ ਹੰਸਰ ਨਾਲ ਵਾਅਦਾ ਕੀਤਾ ਸੀ ਕਿ ਅਸੀਂ ਤੈਨੂੰ ਰਾਜ ਸਭਾ ਚ ਭੇਜਾਂਗੇ। ਐਨ ਆਖਰੀ ਵਕਤ ਸ਼ਮਸ਼ੇਰ ਸਿੰਘ ਦੁੱਲੋ ਨੇ ਆਖਿਆ ਕਿ ਤੁਸੀਂ ਰਿਜ਼ਰਵ ਜਿਹੜੀ ਸ਼ਡਿਊਲਡ ਕਾਸਟ ਰਿਜ਼ਰਵ ਸੀਟ ਹੈ ਉਹ ਤੇ ਹੰਸ ਨੂੰ ਭੇਜਣ ਲੱਗੇ ਜੇ, ਇਹ ਆਉਂਦੇ ਸਾਲ ਹੀ ਸਿੱਧਾ ਚੱਲ ਜਾਊਗਾ ਰਾਜ ਸਭਾ ਚ। ਅਸੀਂ ਜਿਹਨਾਂ ਨੇ 30-30 40-40 ਸਾਲ ਲਾਏ ਆ, ਸਾਰੀ ਉਮਰ ਪਾਰਟੀ ਚ ਲਾਤੀ ਸੇਵਾ ਕਰਦੇ ਆ, ਅਸੀਂ ਕਿਹੜੀ ਗਿਣਤੀ ਚ, ਅਸੀਂ ਕਦੇ ਇੱਥੇ ਬੈਠੇ। ਉਹ ਗੱਲ ਵੱਧ ਕੇ ਫਿਰ ਰਾਹੁਲ ਗਾਂਧੀ ਤੱਕ ਗਈ ਤੇ ਅਖੀਰ ਇਹ ਫੈਸਲਾ ਹੋਇਆ ਕਿ ਹੰਸਰਾਜ ਹੰਸ ਨੂੰ ਪਾਰਲੀਮੈਂਟ ਚ ਨਹੀਂ ਭੇਜਿਆ ਜਾਵੇਗਾ ਤੇ ਸ਼ਮਸ਼ੇਰ ਸਿੰਘ ਦੁੱਲੋ ਜਾਵੇਗਾ। ਦੁੱਲੋ ਇਸ ਮਾਮਲੇ ਚ ਇੱਕ ਤਰ੍ਹਾਂ ਉਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਠੱਬੀ ਲਾ ਗਿਆ ਸੀ, ਉਹ ਜਿੱਤ ਰਿਹਾ ਸੀ, ਹੁਣ ਉਦੋਂ ਦਾ ਉਹ ਚੁੱਪ ਸੀਗਾ, ਨਵੇਂ ਸਿਰੋਂ ਬੋਲਿਆ। ਨਵੇਂ ਸਿਰੋਂ ਬੋਲਣ ਦੇ ਪਿੱਛੇ ਕਾਰਨ ਗੱਲ ਸਿੱਧੀ ਜੀ ਹੈ,
ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਅਜੇ ਪੂਰੀ ਨੀ ਹੋਈ, ਇਹਦੇ 8 ਕੁ ਮੰਤਰੀ ਆ, ਬਾਕੀ ਸੀਟਾਂ ਖਾਲੀ ਨੇ। ਉਹਨਾਂ ਖਾਲੀ ਸੀਟਾਂ ਦਾ ਕਈਆਂ ਨਾਲ ਲਾਰਾ ਲਾਇਆ ਸੀ, ਹਰ ਇੱਕ ਨੂੰ ਕਿਹਾ ਸੀ ਤੈਨੂੰ ਮੰਤਰੀ ਬਣਾ ਦੇਣਾ, ਜਿਨ੍ਹਾਂ ਨੂੰ ਹੁਣ ਤੱਕ ਨਹੀਂ ਸੀ ਬਣਾਇਆ, ਹੁਣ ਤੱਕ ਚੁੱਪ ਸੀ, ਹੁਣ ਨਹੀਂ ਚੁੱਪ ਰਹਿਣਾ ਚਾਹੁੰਦੇ। ਹੁਣ ਉਹਨਾਂ ਨੂੰ ਦਿਸਣ ਲੱਗ ਪਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਿਚ ਇੰਨੀਆਂ ਪੋਸਟਾਂ ਖਾਲੀ ਆ, ਪੋਸਟਾਂ ਤੇ 10 ਭਰਨੀਆਂ ਨੇ ਤੇ 40 ਬੰਦਿਆਂ ਨੂੰ ਸਾਰਿਆਂ ਨੂੰ ਆਖੀ ਜਾਂਦਾ ਮੈਂ ਤੈਨੂੰ ਮੰਤਰੀ ਬਣਾ ਦੂ, ਮੈਂ ਤੈਨੂੰ ਬਣਾ ਦੂ, ਬਣਾਉਂਦਾ ਕਿਸੇ ਨੂੰ ਹੈ ਨੀ। ਉਹਨਾਂ ਦੇ ਵਿਚੋਂ ਕਈ ਲੋਕ ਇਹ ਸੋਚ ਕੇ ਕਿ ਅਮਰਿੰਦਰ ਸਿੰਘ ਸਿਰਫ ਗੱਲਾਂ ਹੀ ਗੱਲਾਂ ਕਰਦਾ ਤੇ ਇਹਨੇ ਸਾਡਾ ਸਾਥ ਨਹੀਂ ਦੇਣਾ ਤੇ ਸਾਨੂੰ ਮੰਤਰੀ ਨਹੀਂ ਬਣਾਉਣਾ, ਹੌਲੀ ਹੌਲੀ ਨਾਰਾਜ਼ ਹੋਣ ਲੱਗ ਪਿਆ। ਜਿਹੜੇ ਨਾਰਾਜ਼ ਹੋ ਰਹੇ ਆ ਉਹ ਸ਼ਮਸ਼ੇਰ ਸਿੰਘ ਦੁੱਲੋ ਤੇ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਮਿਲਦੇ ਪਏ ਆ, ਤੇ ਬਾਜਵਾ ਤੇ ਦੁੱਲੋ ਜਦੋਂ ਇਕੱਠੇ ਹੁੰਦੇ ਆ ਉਹਨਾਂ ਦਾ ਵਜਨ ਵੀ ਵੱਧਦਾ, ਇਸ ਵਜਨ ਵਧਣ ਦੇ ਵਿਚ ਉਹਨਾਂ ਦੀ ਬੋਲਬਾਣੀ ਵੀ ਤਿੱਖੀ ਹੁੰਦੀ ਆ। ਪ੍ਰਤਾਪ ਸਿੰਘ ਬਾਜਵੇ ਨੇ ਬੋਲਬਾਣੀ ਤਿੱਖੀ ਨਹੀਂ ਕੀਤੀ, ਪਰ ਲੁਕਵਾਂ ਜਿਹਾ ਕਦੇ ਕਦੇ ਇੱਕ ਅੱਧਾ ਬਿਆਨ ਦੇ ਕੇ ਸਰਕਾਰ ਤੇ ਇਹੋ ਜਿਹਾ ਹਮਲਾ ਕਰਦਾ ਜਿਹੜਾ ਹਮਲਾ ਬਾਹਰਲਿਆਂ ਨੂੰ ਪਤਾ ਲੱਗੇ ਜਾਂ ਨਾ ਲੱਗੇ ਪਾਰਟੀ ਦੇ ਅੰਦਰ ਜਿਹੜੇ ਕੈਪਟਨ ਤੋਂ ਨਾਰਾਜ਼ ਨੇ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਆਪਾਂ ਇੱਕ ਵੱਖਰਾ ਕੇਂਦਰ ਬਣਾ ਸਕਦੇ ਹਾਂ। ਜੋ ਵੱਖਰਾ ਕੇਂਦਰ ਬਣਾ ਕੇ ਤੁਰ ਪੈਂਦੇ ਆ ਤੇ ਉਸ ਵੱਖਰੇ ਕੇਂਦਰ ਦੀ ਕੇਂਦਰਬਾਜ਼ੀ ਦੇ ਵਿਚ ਕੈਪਟਨ ਅਮਰਿੰਦਰ ਸਿੰਘ ਵਾਸਤੇ ਮੁਸ਼ਕਲਾਂ ਤਾਂ ਵਧਣਗੀਆਂ ਵਧਣਗੀਆਂ। ਅਮਰਿੰਦਰ ਸਿੰਘ ਨੇ ਪਿਛਲੇ ਸਮੇਂ ਦੇ ਵਿਚ ਜਿਸ ਤਰ੍ਹਾਂ ਪਾਰਟੀ ਅੰਦਰ ਤਾਲਮੇਲ ਚਾਹੀਦਾ ਸੀ, ਜਿਵੇਂ ਕੁਛ ਕੰਮ ਕਰਨੇ ਚਾਹੀਦੇ ਸੀ, ਉਹ ਨਹੀਂ ਕੀਤੇ। ਬਸ ਸੁੱਖ ਨਾਲ ਰਾਜ ਮੰਨਣ ਤੱਕ ਹੀ ਸੀਮਿਤ ਹੋ ਗਿਆ ਤੇ ਆਖੀ ਜਾਓ ਮੈਂ ਬੜਾ ਕੁਝ ਕਰਦਾ ਪਿਆ ਜਿਹਦੇ ਨਾਲ ਗੱਡੀ ਨਹੀਂ ਚੱਲ ਸਕਦੀ, ਉਹਨੂੰ ਅਗਲਿਆਂ ਦਿਨਾਂ ਚ ਕੰਮ ਕਰਨਾ ਪਊਗਾ ਨਹੀਂ ਤੇ ਨੁਕਸਾਨ ਉਠਾ ਸਕਦਾ। ਤੇ ਪੰਨੂ ਸਾਹਿਬ, ਬੱਸ ਪਰਮਿਟ ਦੇ ਉੱਤੇ ਵੀ ਕਾਰਵਾਈ ਕਰਨ ਦੇ ਵਾਸਤੇ ਤਿਆਰ ਹੋਈ ਹੈ ਜੀ ਸਰਕਾਰ, ਕਹਿੰਦੇ ਬਾਦਲਾਂ ਦੀਆਂ ਬੱਸਾਂ ਨੂੰ ਰਗੜਾ ਲੱਗ ਸਕਦਾ। ਉਹ ਰਗੜਾ ਤੇ ਕਈਆਂ ਨੂੰ ਲੱਗੇਗਾ ਪਰ ਬਾਦਲਾਂ ਨੂੰ ਵੱਧ ਲੱਗੇਗਾ। ਇਹਦੇ ਚ ਪਿਛਲੇ 10 ਸਾਲਾਂ ਦੇ ਵਿਚ ਇੱਕ ਖੇਡ ਖੇਡੀ ਗਈ ਜਿਹੜੀ ਬੜੀ ਚੁਸਤ ਖੇਡ ਸੀ, ਉਹ ਇਹ ਸੀ ਕਿ ਪੁਰਾਣੇ ਕਾਨੂੰਨ ਦੇ ਮੁਤਾਬਕ ਕਿਸੇ ਵੀ ਬੱਸ ਦਾ ਜਿਹੜਾ ਰੂਟ ਹੈ ਇੱਕ ਵਾਰੀ ਤੋਂ ਵੱਧ ਨਹੀਂ ਵਧਾਇਆ ਜਾ ਸਕਦਾ ਤੇ ਰੂਟ ਦੇ ਵਾਸਤੇ ਵੀ ਲਿਮਿਟਸ ਹੁੰਦੀਆਂ ਕਿ ਉਹ ਰੂਟ ਪਰਮਿਟ ਕਿਹੜੀ ਕਿਸਮ ਦਾ ਉਸ ਕਿਸਮ ਦੇ ਮੁਤਾਬਕ ਹੀ ਵਧਾਇਆ ਜਾ ਸਕਦਾ। ਹੁਣ ਹੋਇਆ ਇਹ ਕਿ ਇਹਨਾਂ ਨੇ ਕਈ ਰੂਟ ਹੈ ਨਹੀਂ ਸਨ ਜਾਂ ਪੇਂਡੂ ਰੂਟ ਸਨ, ਉਹ ਰੂਟ ਆਪਣੇ ਬਣਾ ਲਏ। ਬਣਾਉਣ ਦਾ ਕੀ ਹੈ ਕਿ ਬਠਿੰਡੇ ਤੋਂ ਨੇੜਲੇ 2-4 ਪਿੰਡਾਂ ਚ ਬੀਬੀ ਵਾਲਾ ਫਲਾਨਾ ਪਿੰਡਾਂ ਦੇ ਵਿਚ ਇੱਕ ਜੀ ਲੋਕਲ ਬੱਸ ਜਾਵੇਗੀ, ਉਹ ਲੋਕਲ ਬੱਸ ਦਾ ਪਰਮਿਟ ਲੈ ਲਿਆ, 6 ਮਹੀਨੇ ਚਲਾ ਕੇ ਮੁੜ ਕੇ ਆਖਿਆ ਜੀ ਇਹ ਤਾਂ ਸਿਰਫ 3 ਪਿੰਡਾਂ ਤੱਕ ਜਾਂਦੀ ਹੈ, ਜੇ ਰੂਟ ਵਧਾ ਦਿੱਤਾ ਜਾਵੇ ਲੋਕਾਂ ਦਾ ਭਲਾ ਹੋਵੇਗਾ। ਉਹ 3 ਪਿੰਡਾਂ ਤੋਂ ਅਗਲੇ 13 ਪਿੰਡਾਂ ਤੱਕ ਚਲਾ ਲਈ। ਪਰ ਜਿਹੜੀਆਂ ਇਹੋ ਜਿਹੀਆਂ ਰੂਟ ਪਰਮਿਟ ਵਾਲੀਆਂ ਬੱਸਾਂ ਹੁੰਦੀਆਂ ਉਹਨਾਂ ਨੂੰ ਕਦੇ ਵੀ ਨੈਸ਼ਨਲ ਜਾਂ ਸਟੇਟ ਹਾਈਵੇ ਤੱਕ ਜਾਣ ਦਾ ਹੁਕਮ ਨਹੀਂ ਹੁੰਦਾ, ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਤੱਕ ਵੀ ਨਹੀਂ ਜਾ ਸਕਦੀਆਂ, ਉਹ ਫਿਰ ਪੇਂਡੂ ਏਰੀਆ ਚ ਰਹਿੰਦੀਆਂ ਨੇ। ਇਹਨਾਂ ਨੇ ਕੀਤਾ ਕਿ ਆਪਣੀਆਂ ਬੱਸਾਂ ਲਈ ਪਹਿਲਾਂ ਪੇਂਡੂ ਰੂਟ ਲੈ, ਫਿਰ ਉਹਨਾਂ ਨੂੰ ਇੱਕ ਵਾਰੀ ਥੋੜਾ ਜਿਹਾ ਵਧਾਇਆ, ਦੂਜੀ ਵਾਰੀ ਵਧਾਇਆ ਤੇ ਤੀਜੀ ਵਾਰੀ ਵਧਾ ਕੇ ਸਿੱਧਾ ਹੀ ਇਹ ਕਰਤਾ ਕਿ ਪਿੰਡਾਂ ਚ ਜਾਣ ਦੀ ਲੋੜ ਨਹੀਂ ਜੀ, ਹੁਣ ਨੈਸ਼ਨਲ ਹਾਈਵੇ ਜਾਂ ਸਟੇਟ ਹਾਈਵੇ ਤੇ ਚੱਲੇਗੀ। ਇਹਦੇ ਖਿਲਾਫ ਕੋਈ 4 ਸਾਲ ਪਹਿਲਾਂ ਹਾਈਕੋਰਟ ਚ ਇੱਕ ਅਰਜੀ ਕਿਸੇ ਨੇ ਦਾਇਰ ਕੀਤੀ ਸੀ, ਅਰਜੀ ਦਾਇਰ ਹੋਈ ਤੇ ਹਾਈਕੋਰਟ ਨੇ ਆਰਡਰ ਦੇ ਦਿੱਤਾ ਕਿ ਜਿਹੜੇ ਵੀ ਇਸ ਤਰ੍ਹਾਂ ਰੂਟ ਵਧਾਏ ਗਏ ਉਹ ਸਾਰੇ ਗੈਰ ਕਾਨੂੰਨੀ ਆ, ਇਹ ਰੱਦ ਕੀਤੇ ਜਾਣ। ਹੁਣ ਰੱਦ ਦੇ ਤੇ ਮੁੱਖ ਮੰਤਰੀ ਤੇ ਡਿਪਟੀ ਮੁੱਖ ਮੰਤਰੀ ਦੇ ਪਰਿਵਾਰ ਦੀਆਂ ਆਪਣੀਆਂ ਬੱਸਾਂ ਨੂੰ ਰਗੜਾ ਲੱਗਣਾ ਸੀ। ਇਹਨਾਂ ਨੇ ਹਾਈਕੋਰਟ ਦੇ ਉਸ ਹੁਕਮ ਦੇ ਉੱਤੇ ਅਮਲ ਹੀ ਨਹੀਂ ਕੀਤਾ, ਹੁਣ ਤੱਕ ਰੋਕ ਛੱਡਿਆ। ਹੁਣ ਉਹ ਅਰਜੀ ਫੇਰ ਚਲੀ ਗਈ ਤੇ ਹਾਈਕੋਰਟ ਨੇ ਆਖਿਆ ਤੁਸੀਂ ਕਰਦੇ ਕਿਉਂ ਨਹੀਂ ਅਮਲ। ਇਹਦੇ ਤੋਂ ਬਾਅਦ ਪੰਜਾਬ ਸਰਕਾਰ ਇਹ ਨਹੀਂ ਕਿ ਕਾਰਵਾਈ ਕਰਨ ਲੱਗੀ, ਅਸਲ ਚ ਗੱਲ ਇਹ ਹੈ ਕਿ ਪੰਜਾਬ ਸਰਕਾਰ ਨੂੰ ਹੁਣ ਕਾਰਵਾਈ ਕਰਨੀ ਪੈ ਗਈ ਹੈ, ਤੇ ਜੇ ਉਹ ਕਾਰਵਾਈ ਕਰੂਗੀ ਤੇ ਉਹਨਾਂ ਨੇ ਜਿੰਨੀਆਂ ਵੀ ਰੀਜਨਲ ਟਰਾਂਸਪੋਰਟ ਅਥਾਰਟੀਜ਼ ਨੇ ਸਾਰੇ ਪੰਜਾਬ ਦੇ ਜਿੱਥੇ ਜਿੱਥੇ DTO ਦਫ਼ਤਰ ਨੇ ਜਾਂ RTO ਦਫ਼ਤਰ ਨੇ ਉਹਨਾਂ ਸਾਰਿਆਂ ਨੂੰ ਇਹ ਮੈਸੇਜ ਕਰ ਦਿੱਤਾ ਕਿ ਇਸ ਮਹੀਨੇ ਦੇ ਅੰਦਰ ਅੰਦਰ ਸਾਰੇ ਰੂਟ ਚੈੱਕ ਕਰੋ, ਜਿਨ੍ਹਾਂ ਜਿਨ੍ਹਾਂ ਦੇ ਰੂਟ ਵਧਾਏ ਗਏ ਆ ਇੱਕ ਵਾਰੀ ਰੂਟ ਦਾ ਵਾਧਾ ਜਾਇਜ਼ ਆ, ਤੇ ਜਿਹਨੇ 2-3 ਜਾਂ 4 ਵਾਰ ਰੂਟ ਵਧਾਇਆ ਉਹ ਸਾਰਾ ਰੱਦ ਕਰ ਦਿੱਤਾ ਜਾਵੇ, ਤੇ ਜਿਹੜੀਆਂ ਪੇਂਡੂ ਰੂਟਾਂ ਦੀਆਂ ਬੱਸਾਂ ਨੇ ਜੋ ਨੈਸ਼ਨਲ ਹਾਈਵੇ ਜਾਂ ਸਟੇਟ ਹਾਈਵੇ ਤੇ ਚੱਲਦੀਆਂ ਪਈਆਂ ਉਹਨਾਂ ਦੇ ਰੂਟ ਪਰਮਿਟ ਕੈਂਸਲ ਕਰ ਦਿੱਤੇ ਜਾਣ। ਇਹਦੇ ਵਿਚ ਕਿਸੇ ਕੰਪਨੀ ਦੀਆਂ 2 ਬੱਸਾਂ, ਕਿਸੇ ਦੀਆਂ 5 ਬੱਸਾਂ, ਕਿਸੇ ਦੀਆਂ 10 ਵੀ ਹੋਣਗੀਆਂ, ਪਰ ਬਾਦਲ ਪਰਿਵਾਰ ਦੀਆਂ ਸੈਂਕੜਿਆਂ ਦੇ ਹਿਸਾਬ ਨਾਲ ਬੱਸਾਂ ਨੇ। ਇਹਨਾਂ ਦੀਆਂ 4 ਤਾਂ ਟਰਾਂਸਪੋਰਟ ਕੰਪਨੀਆਂ ਨੇ, ਉਹਨਾਂ 64 ਟਰਾਂਸਪੋਰਟ ਕੰਪਨੀਆਂ ਚੋਂ ਜੇ ਕਿਸੇ ਚ 30 ਬੱਸਾਂ ਹੋਈਆਂ, ਕਿਸੇ 40 ਬੱਸਾਂ ਹੋਈਆਂ, ਕਿਸੇ ਚ 50 ਹੋਈਆਂ, ਔਰ ਐਸੇ ਲੋਰੀ ਖਾਤੇ ਦੇ ਵਿਚ ਉਹਨਾਂ ਦੇ ਇਹ ਰੂਟ ਪਰਮਿਟ ਵਧਾਏ ਗਏ ਹੋਏ ਤੇ ਹੁਣ ਜਦੋਂ ਖਾਰਜ ਹੋਣੇ ਆ ਤੇ ਬਾਦਲ ਪਰਿਵਾਰ ਨੂੰ ਨੁਕਸਾਨ ਤੇ ਇਹਦਾ ਹੋਣਾ ਹੀ ਹੋਣਾ,
ਜੋ ਹੋਵੇਗਾ ਵੀ ਨੁਕਸਾਨ ਵਾਹਵਾ ਤਗੜਾ, ਛੋਟਾ ਨੁਕਸਾਨ ਨਹੀਂ ਹੋਵੇਗਾ ਜੀ। ਤੇ ਪ੍ਰਸ਼ਾਂਤ ਕਿਸ਼ੋਰ ਹੋਰਾਂ ਨੇ ਕਹਿੰਦੇ ਮੋਦੀ ਹੋਰਾਂ ਨੂੰ ਜਿਤਾਉਣ ਦੇ ਵਾਸਤੇ ਫੇਰ ਪਾਨਾਂ ਦਾ ਵੀੜਾ ਚੱਕਣ ਦੀ ਤਿਆਰੀ ਕਰ ਲਈ ਹੈ ਜੀ। ਸੁਖਨੈਬ ਜੀ, ਅੱਜ ਕੱਲ ਕੰਟਰੈਕਟ ਦਾ ਯੁੱਗ ਹੈ, ਹੁਣ ਤਾਂ ਸਰਕਾਰਾਂ ਮੁਲਾਜ਼ਮ ਵੀ ਕੰਟਰੈਕਟ ਤੇ ਰੱਖਦੀਆਂ। ਮੈਂ ਤਾਂ ਸਮਝਾਂ ਸਰਕਾਰ ਵੀ ਕੰਟਰੈਕਟ ਤੇ ਚਾਰ ਦੇਣੀ ਚਾਹੀਦੀ ਹੈ। ਇੰਨੇ ਸਾਰੇ ਮੰਤਰੀਆਂ ਨੂੰ ਕਾਰਾਂ ਦੇਣ, ਕੋਠੀਆਂ ਦੇਣ ਦਾ ਫਾਇਦਾ ਕੀ ਹੈ ਕਿ ਠੇਕੇਦਾਰ ਨੂੰ ਦੇ ਦਿਓ, ਆਪਣੇ ਚਾਰ ਬੰਦੇ ਰੱਖ ਕੇ ਸਰਕਾਰ ਚਲਾਈ ਜਾਓ, ਐਵੇਂ ਪੈਸੇ ਉਜਾੜਦੇ ਪਏ, ਕੀ ਫਾਇਦਾ ਹੋ ਰਿਹਾ। ਹੁਣ ਠੇਕੇ ਤੇ ਸਭ ਕੁਛ ਹੋਣ ਲੱਗ ਪਿਆ। ਲੋਕਾਂ ਨੂੰ ਇੱਥੋਂ ਤੱਕ ਆਖਿਆ ਜਾਂਦਾ ਕਿ ਤੁਹਾਡੇ ਮੁੰਡੇ ਕੁੜੀ ਦਾ ਵਿਆਹ ਹੈ ਤੇ ਚਿੰਤਾ ਨਾ ਕਰੋ, ਤੁਹਾਡੇ ਲਈ ਪੈਲਸ ਬੁੱਕ ਕਰਨਾ, ਘੋੜੀ ਲਿਆਉਣੀ, ਬੈਂਡ ਬਾਜਾ, ਹਰ ਚੀਜ਼, ਇੱਥੋਂ ਤੱਕ ਕਿ ਮਹੂਰਤ ਵਾਸਤੇ ਜਿਹੜਾ ਛੋਟਾ ਮੋਟਾ ਧੂਤ ਬੱਤੀ ਦਾ ਸਮਾਨ ਹੋਵੇ ਅਸੀਂ ਆਪੇ ਲੈ ਆਵਾਂਗੇ। ਤੇ ਲੋਕੀ ਤੇ ਮਜ਼ਾਕ ਕਰਦੇ ਆ ਜੀ, ਇਹ ਮੈਨੇਜਮੈਂਟ ਕੰਪਨੀਆਂ ਵਾਲੇ ਕਹਿੰਦੇ ਆ ਕਿ ਜੇ ਤੁਹਾਡੇ ਕੋਲ ਮੁੰਡਾ ਕੁੜੀ ਹੈ ਨੀ ਤੇ ਉਹ ਵੀ ਅਸੀਂ ਪੇਸ਼ ਕਰ ਦਿਆਂਗੇ। ਇੱਥੋਂ ਤੱਕ ਤੇ ਗੱਲ ਅਜੇ ਨਹੀਂ ਗਈ, ਪਰ ਇਹ ਮੈਨੇਜਮੈਂਟ, ਇਵੈਂਟ ਮੈਨੇਜਮੈਂਟ ਅੱਜ ਕੱਲ ਬਹੁਤ ਚੱਲ ਪਈ ਹੈ। ਨਰਿੰਦਰ ਮੋਦੀ ਸਾਹਿਬ ਨੇ ਇਵੈਂਟ ਮੈਨੇਜਮੈਂਟ ਚੋਣਾਂ ਵਿਚ ਲੈ ਆਂਦੀ। 2012 ਦੀਆਂ ਜਿਹੜੀਆਂ ਚੋਣਾਂ ਸਨ ਇਹਨਾਂ ਦੀਆਂ, ਗੁਜਰਾਤ ਵਿਧਾਨ ਸਭਾ ਦੀਆਂ, ਉਦੋਂ ਉਹਨਾਂ ਨੇ ਪ੍ਰਸ਼ਾਂਤ ਕਿਸ਼ੋਰ ਨਵਾਂ ਨਵਾਂ ਮੈਨੇਜਮੈਂਟ ਦੀ ਡਿਗਰੀ ਲੈ ਕੇ ਆਇਆ ਸੀ, ਉਹਦੇ ਨਾਲ ਸੌਦਾ ਮਾਰਿਆ ਕਿ ਤੂੰ ਸਾਡੀ ਗੁਜਰਾਤ ਦੀ ਸਾਰੀ ਚੋਣ ਮੈਨੇਜ ਕਰ। ਉਹਨੇ ਕੀਤੀ ਤੇ ਗੁਜਰਾਤ ਵਿਚ ਮੋਦੀ ਸਾਹਿਬ ਅੱਗੇ ਵੱਧ ਗਏ, ਪਹਿਲਾਂ 9 ਸੀਟਾਂ ਇਹਨਾਂ ਦੀਆਂ ਵੱਧ ਗਈਆਂ। ਫਿਰ 2014 ਦੇ ਵਿਚ ਇਹਨੂੰ ਟਿਕਟ ਮਿਲ ਗਈ ਕਿ ਤੂੰ ਹੁਣ ਪ੍ਰਧਾਨ ਮੰਤਰੀ ਬਣ ਸਕਦਾ, ਉਮੀਦਵਾਰ ਬਣਾ ਤਾ। ਕਹਿੰਦੇ ਪ੍ਰਸ਼ਾਂਤ ਕਿਸ਼ੋਰ ਨਾਲ ਠੇਕਾ ਕਰ ਲਿਆ ਕਿ ਤੂੰ ਸਾਰਾ ਕੁਝ ਕਰ, ਤੇ ਪ੍ਰਸ਼ਾਂਤ ਕਿਸ਼ੋਰ ਨੇ ਸਾਰੇ ਦੇਸ਼ ਵਿਚ ਇਹੋ ਜਿਹੀ ਮੁਹਿੰਮ ਚਲਾਈ ਕਿ ਨਰਿੰਦਰ ਮੋਦੀ ਸ਼ਾਹ ਗਿਆ। ਹੁਣ ਸ਼ਾਹ ਜਾਣ ਤੋਂ ਬਾਅਦ ਪ੍ਰਸ਼ਾਂਤ ਕਿਸ਼ੋਰ ਕਹਿੰਦਾ ਜੀ ਮੇਰੀ ਹਿੰਮਤ ਕਰਕੇ ਸ਼ਾਹ ਗਿਆ, ਇਹ ਕਹਿੰਦਾ ਤੂੰ ਥੋੜਾ ਮੇਰੇ ਵਿਚ ਹੀ ਲੋਕਾਂ ਨੇ ਘੁੱਗਣ ਵੇਖਿਆ ਤਾਂ ਮੈਂ ਸ਼ਾਹ ਗਿਆ। ਮੁੜ ਕੇ ਦਿੱਲੀ ਦੀਆਂ ਚੋਣਾਂ ਆ ਗਈਆਂ ਵਿਧਾਨ ਸਭਾ ਦੀਆਂ। ਪ੍ਰਸ਼ਾਂਤ ਕਿਸ਼ੋਰ ਨੇ ਜਾ ਕੇ ਬੀਜੇਪੀ ਤੱਕ ਪਹੁੰਚ ਕੀਤੀ ਕਿ ਚੋਣਾਂ ਆ ਗਈਆਂ ਨੇ, ਦੱਸੋ ਜੀ ਕੀ ਕਰਨਾ। ਤੇ ਉਹਨਾਂ ਨੇ ਆਖਿਆ ਜੀ ਹੁਣ ਤਾਂ ਲੋੜ ਨੀ, ਹੁਣ ਤਾਂ ਮੋਦੀ ਸਾਹਿਬ ਜਾ ਕੇ ਭਾਸ਼ਣ ਦੇਣਗੇ ਤੇ ਉੱਥੇ ਜਿਹੜੇ ਫੁੱਲ ਪੱਤੇ ਉਹ ਵੀ ਉੱਠ ਕੇ ਵੋਟਾਂ ਪਾਉਣ ਤੋਂ ਪੜਨਗੇ, ਲੋਕਾਂ ਦੀ ਗੱਲ ਹੀ ਕੋਈ ਨੀ। ਔਰ ਮੋਦੀ ਨੇ ਦਿੱਲੀ ਦੇ ਜਲਸਿਆਂ ਚ ਭਾਸ਼ਣ ਕਰਦਿਆਂ ਵੀ ਇਹ ਆਖਿਆ ਕਿ ਅਰਵਿੰਦ ਕੇਜਰੀਵਾਲ ਤਾਂ ਬਦਕਿਸਮਤ ਬੰਦਾ, ਮੁੱਖ ਮੰਤਰੀ ਦੀ ਕੁਰਸੀ ਵੀ ਨੀ ਸੰਭਾਲੀ ਗਈ, ਮੈਂ ਕਿਸਮਤ ਵਾਲਾ, ਤੁਸੀਂ ਬਦਕਿਸਮਤ ਨੂੰ ਛੱਡ ਕੇ ਕਿਸਮਤ ਵਾਲੇ ਦੇ ਕਹਿਣ ਤੇ ਵੋਟਾਂ ਪਾਓ, ਇਹ ਸਮਝੇ ਸੀ ਜਿੱਤ ਜਾਣਾ। ਨਤੀਜਾ ਕੀ ਨਿਕਲਿਆ, ਇਹਨਾਂ ਦੀਆਂ 3 ਸੀਟਾਂ ਆਈਆਂ ਤੇ ਅਰਵਿੰਦ ਕੇਜਰੀਵਾਲ ਦੀਆਂ 67 ਆ ਗਈਆਂ। ਉਹਦੇ ਮਗਰੋਂ ਆਉਣੀ ਸੀ ਬਿਹਾਰ ਦੀ ਚੋਣ, ਇਹ ਫਿਰ ਭੱਜੇ ਕਿ ਹੁਣ ਪ੍ਰਸ਼ਾਂਤ ਕਿਸ਼ੋਰ ਨੂੰ ਮਿਲ ਗਈ ਕਿ ਬਿਹਾਰ ਦੀ ਚੋਣ ਦੇ ਵਿਚ ਤੂੰ ਸਾਡੀ ਮਦਦ ਕਰ। ਤੇ ਪ੍ਰਸ਼ਾਂਤ ਕਿਸ਼ੋਰ ਨੇ ਆਖਿਆ ਜੀ ਸੋਰੀ ਮੈਂ ਹੁਣ ਤੁਹਾਡੇ ਨਾਲ ਨੀ ਤੁਰ ਸਕਦਾ, ਮੈਨੂੰ ਨਿਤੀਸ਼ ਕੁਮਾਰ ਨੇ ਕਹਿਤਾ ਤੇ ਮੈਂ ਉਧਰ ਗੱਲ ਕਰ ਬੈਠਾ, ਇਸ ਵਜ੍ਹਾ ਤਾਂ ਮੈਂ ਤੁਹਾਡੇ ਖਿਲਾਫ਼ ਕੰਪੇਨ ਚਲਾਉ, ਬਾਕੀ ਫੇਰ ਵੇਖਾਂਗੇ। ਇਹ ਫਿਰ ਇਸ ਗੱਲ ਦੇ ਵਿਚ ਸੀ ਕਿ ਅਸੀਂ ਬਿਹਾਰ ਵਿਚ ਜਾ ਕੇ ਇੱਦਾਂ ਦੀ ਕੰਪੇਨ ਚਲਾਉਣੀ ਆ ਕਿ ਨਾਲੇ ਅਸੀਂ ਬਿਹਾਰ ਜਿੱਤ ਲੈਣਾ, ਪ੍ਰਸ਼ਾਂਤ ਕਿਸ਼ੋਰ ਨੂੰ ਵੀ ਦਿਖਾ ਦਿਆਂਗੇ ਤੇ ਨਿਤੀਸ਼ ਕੁਮਾਰ ਨੂੰ ਵੀ ਤੇ ਨਾਲੇ ਗਾਂ ਦਾ ਚਾਨਣ ਹੋਜੂ। ਉੱਥੇ ਜਾ ਕੇ ਫਿਰ ਹਾਰ ਗਏ। ਹਾਰਨ ਤੋਂ ਬਾਅਦ ਫਿਰ ਪੰਜਾਬ ਦੇ ਅਕਾਲੀ ਭਾਜਪਾ ਗਠਜੋੜ ਦੇ ਕੁਝ ਏਜੰਟ ਜਾ ਕੇ ਪ੍ਰਸ਼ਾਂਤ ਕਿਸ਼ੋਰ ਨੂੰ ਮਿਲੇ ਕਿ ਪੰਜਾਬ ਦੀਆਂ ਚੋਣਾਂ ਆ ਗਈਆਂ ਤੂੰ ਸਾਡੀ ਮਦਦ ਕਰ। ਉਹ ਕਹਿੰਦਾ ਜੀ ਸੋਰੀ ਤੁਸੀਂ ਲੇਟ ਆਏ ਆ, ਕਾਂਗਰਸ ਵਾਲੇ ਪਹਿਲਾਂ ਆ ਗਏ ਸੀ, ਹੁਣ ਤਾਂ ਮੈਂ ਕੈਪਟਨ ਅਮਰਿੰਦਰ ਸਿੰਘ ਦੀ ਮਦਦ ਕਰੂੰ। ਉਹਦਾ ਨਤੀਜਾ ਨੀ ਗਿਆ ਕਿ ਕੈਪਟਨ ਅਮਰਿੰਦਰ ਸਿੰਘ ਜਿੱਤ ਗਿਆ। ਜਿਹੜੀਆਂ 3-4 ਚੋਣਾਂ ਉਹਨੇ ਲੜੀਆਂ ਉਹਨਾਂ ਸਾਰੀਆਂ ਚ ਜਿਹਦੇ ਨਾਲ ਉਹ ਖਲੋਤਾ ਜਿੱਤ ਜਾਂਦੇ ਰਹੇ ਸਿਵਾਏ ਯੂਪੀ ਤੋਂ, ਬਾਕੀ ਜਿੱਥੇ ਜਿੱਥੇ ਮੋਦੀ ਸਾਹਿਬ ਨੇ ਆਪਣੇ ਤੌਰ ਤੇ ਜ਼ੋਰ ਲਾਇਆ ਹਾਰ ਜਾਂਦੇ ਰਹੇ। ਹੁਣ ਪਿਛਲੇ ਕਈਆਂ ਦਿਨਾਂ ਤੋਂ ਚਰਚਾ ਚੱਲਦੀ ਪਈ ਸੀ ਪ੍ਰਸ਼ਾਂਤ ਕਿਸ਼ੋਰ ਤੇ ਪ੍ਰਧਾਨ ਮੰਤਰੀ ਮੋਦੀ ਮਿਲ ਰਿਹਾ। ਪ੍ਰਸ਼ਾਂਤ ਕਿਸ਼ੋਰ ਦਾ ਗੁੱਸਾ ਥੋੜਾ ਜਿਹਾ ਅਮਿਤ ਸ਼ਾਹ ਦੇ ਨਾਲ ਸੀ, ਕਿਉਂਕਿ 2014 ਦੀਆਂ ਪਾਰਲੀਮੈਂਟ ਚੋਣਾਂ ਚ ਅਮਿਤ ਸ਼ਾਹ ਉਹਦੇ ਨਾਲ ਠੀਕ ਤਰ੍ਹਾਂ ਸੀ ਵਰਤਦਾ, ਉਹਨੂੰ ਕਰਿੰਦਾ ਜਿਹਾ ਸਮਝ ਕੇ ਬੇਇੱਜ਼ਤੀ ਜੀ ਕਰਦਾ ਸੀ। ਹੁਣ ਪ੍ਰਧਾਨ ਮੰਤਰੀ ਨੇ ਆਖਿਆ ਵੀ ਨੀ ਤੇਰੀ ਮੇਰੀ ਸਿੱਧੀ ਗੱਲ ਹੋ ਗਈ, ਤੂੰ ਆ ਜਾ, ਤੇ ਜਾਪਦਾ ਹੈ ਕਿ ਸੌਦਾ ਉਹਨਾਂ ਮੈਂ ਪੁੱਗ ਗਿਆ ਤੇ ਅਗਲੇ ਸਾਲ ਦੀਆਂ ਪਾਰਲੀਮੈਂਟ ਚੋਣਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਾਸਤੇ ਪ੍ਰਸ਼ਾਂਤ ਕਿਸ਼ੋਰ ਕੰਮ ਕਰੇਗਾ। ਤੇ ਪੰਨੂ ਸਾਹਿਬ, ਜਸਟਿਨ ਟਰੂਡੋ ਦਾ ਦੌਰਾ ਉੱਥੇ ਵੀ ਚਰਚਾ ਹੋ ਰਹੀ ਹੈ ਤੇ ਇੱਥੇ ਵੀ ਚਰਚਾ ਹੋ ਰਹੀ ਹੈ, ਨਾਲ ਹੀ ਮਨਜੀਤ ਜੀਕੇ ਹੋਰਾਂ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਚਰਚਾ ਉਹਦੀ ਵੀ ਬਹੁਤ ਹੈ ਜੀ। ਮਨਜੀਤ ਸਿੰਘ ਜੀਕੇ ਨੂੰ ਜਾਂ ਨਹੀਂ ਸੀ ਬੋਲਣਾ ਚਾਹੀਦਾ, ਜਾਂ ਇੱਕ ਹਫ਼ਤਾ ਪਹਿਲਾਂ ਉਦੋਂ ਬੋਲਣਾ ਚਾਹੀਦਾ ਸੀ ਜਦੋਂ ਅਜੇ ਟਰੂਡੋ ਸਾਹਿਬ ਆਏ ਸੀ ਤੇ ਜਸਪਾਲ ਅਟਵਾਲ ਦਾ ਮੁੱਦਾ ਉੱਠਿਆ ਸੀ। ਹੁਣ ਮਨਜੀਤ ਸਿੰਘ ਜੀਕੇ ਨੇ ਕਹਿਤਾ ਜੀ ਅਟਵਾਲ ਆਇਆ ਉਹਦਾ ਪੁਰਾਣਾ ਕੇਸ ਖਤਮ ਹੋ ਚੁੱਕਾ, ਹੁਣ ਕੇਸ ਚੁੱਕਿਆ ਕੋਈ ਜਾ ਰਿਹਾ, ਇਹਦੇ ਚ ਏਜੰਸੀਆਂ ਖਰਾਬ ਕਰਦੀਆਂ ਨੇ। ਕਿਹੜੀਆਂ ਏਜੰਸੀਆਂ ਖਰਾਬ ਕਰਦੀਆਂ ਨੇ? ਦੂਜੇ ਪਾਸੇ ਮਨਜੀਤ ਸਿੰਘ ਜੀਕੇ ਆਪ ਹੀ ਕਹਿੰਦਾ ਕਿ ਜਸਪਾਲ ਅਟਵਾਲ ਤਾਂ ਜੀ ਮੇਰੇ ਨਾਲ ਏਜੰਸੀਆਂ ਨੂੰ ਮਿਲਿਆ ਸੀ, ਨਾਲੇ ਕਹਿੰਦਾ ਮੇਰੇ ਨਾਲ ਏਜੰਸੀਆਂ ਨੂੰ ਮਿਲਿਆ ਸੀ, ਨਾਲੇ ਕਹਿੰਦਾ ਏਜੰਸੀਆਂ ਖਰਾਬ ਕਰਦੀਆਂ ਨੇ।
ਫਿਰ ਏਜੰਸੀਆਂ ਖਰਾਬ ਕਰਨ ਵਾਲੀਆਂ ਹੋਈਆਂ ਜਾਂ ਏਜੰਸੀਆਂ ਤੁਹਾਨੂੰ ਮਿਲਣ ਵਾਲੀਆਂ ਹੋਈਆਂ, ਉਹਦਾ ਨਾਮ ਬਲੈਕ ਲਿਸਟ ਵਿੱਚ ਚੁੱਕੀ ਨੇ ਕਢਾਇਆ। ਮੈਨੂੰ ਨਿੱਜੀ ਤੌਰ ਤੇ ਪੁੱਛੇ ਤੇ ਮੈਂ ਕਹਿੰਦਾ ਜੀ ਜਸਵਾਲ ਅਟਵਾਲ ਖਾਲਿਸਤਾਨੀ ਹੋਵੇ ਕੁਛ ਹੋਵੇ ਕੈਨੇਡਾ ਚ ਭਾਰਤ ਨੂੰ ਹੁਣ ਕੀ ਫਰਕ ਪੈਂਦਾ, ਉਹ ਪੁਰਾਣੇ ਮਾਮਲੇ ਠੱਪ ਕਰਕੇ ਜੇ ਇਹਨਾਂ ਨੇ ਸੱਦਾ ਦੇ ਦਿੱਤਾ ਸੀ ਤੇ ਜੇ ਕੈਨੇਡਾ ਦਾ ਪ੍ਰਧਾਨ ਮੰਤਰੀ ਆਇਆ ਸੀ ਤੇ ਉਹਨੂੰ ਬਾਕੀ ਪ੍ਰਧਾਨ ਮੰਤਰੀਆਂ ਵਾਂਗ ਬਰਾਬਰ ਦਾ ਸਤਿਕਾਰ ਦੇਣਾ ਚਾਹੀਦਾ ਸੀ, ਉਹ ਸਤਿਕਾਰ ਭਾਰਤ ਦੀ ਸਰਕਾਰ ਨੇ ਨਹੀਂ ਦਿੱਤਾ, ਇਹ ਗੱਲ ਮਾੜੀ ਹੋਈ ਹੈ। ਪਰ ਜਿੱਥੋਂ ਤੱਕ ਜਸਪਾਲ ਅਟਵਾਲ ਦਾ ਸਵਾਲ ਹੈ, ਇਸ ਮੁੱਦੇ ਨੂੰ ਚੁੱਕ ਕੇ ਹੁਣ ਜਿਹੜਾ ਮਨਜੀਤ ਸਿੰਘ ਜੀ ਕੇ ਨੇ ਗੱਲ ਕੀਤੀ ਹੈ ਵੀ ਦੱਬੇ ਮੁਰਦੇ ਪੁੱਟਣ ਵਾਲੀ ਗੱਲ, ਇਹਨੂੰ ਛੱਡ ਦੇਣਾ ਚਾਹੀਦਾ। ਉਂਝ ਇਹ ਗੱਲ ਸਭ ਨੂੰ ਯਾਦ ਰਹੇਗੀ ਕਿ ਇਹਨਾਂ ਨੇ ਇੱਕ ਤਰ੍ਹਾਂ ਨਾਲ ਜਸਟਿਨ ਟਰੂਡੋ ਨੂੰ ਮਿਸਬਿਹੇਵ ਕੀਤਾ। ਉਹ ਜਦੋਂ ਆਇਆ ਤੇ ਉਹਦੇ ਚ ਜੋ ਉਹਦਾ ਪ੍ਰਧਾਨ ਮੰਤਰੀ ਦੇ ਤੌਰ ਤੇ ਬਣਦਾ ਸਰਕਾਰ ਸੀ ਉਹ ਦੇਣਾ ਚਾਹੀਦਾ ਸੀਗਾ। ਇਥੋਂ ਕੁੜੱਤਣ ਲੈ ਕੇ ਗਿਆ ਤੇ ਉਸ ਕੁੜੱਤਣ ਤੋਂ ਬਾਅਦ ਜੇ ਸੋਚਣ ਕਿ ਅੱਗੇ ਜਾ ਕੇ ਤੇ ਹੁਣ ਜਿਹੜਾ ਜਸਟਿਨ ਟਰੂਡੋ ਆ ਸਾਡੇ ਪੱਖ ਵਿਚ ਉਥੇ ਕੋਈ ਸਟੈਂਡ ਲਵੇਗਾ ਜਾਂ ਜਿਦਾਂ ਇਹ ਸਮਝਦੇ ਸੀ ਕਿ ਖਾਲਿਸਤਾਨ ਪੱਖੀਆਂ ਦੇ ਬਹੁਤ ਨੇੜੇ ਆ ਤੇ ਸਾਡੇ ਰੋਸ ਕਰਨ ਤੋਂ ਬਾਅਦ ਹਟ ਜਾਏਗਾ, ਉਹਦੇ ਮਨ ਚ ਕੁੜੱਤਣ ਭਰ ਗਈ ਹੋਈ ਤੇ ਹੋਰ ਜ਼ਿਆਦਾ ਭਰੇਗੀ। ਉਹਦੇ ਆਪਣੇ ਦੇਸ਼ ਦੇ ਵਿਚ ਵੀ ਹਾਲਾਤ ਇਸ ਤਰ੍ਹਾਂ ਦੇ ਬਣ ਰਹੇ ਨੇ ਕਿ ਕੱਲ ਨੂੰ ਪਾਰਲੀਮੈਂਟ ਚ ਉਹਨੂੰ ਘੇਰਿਆ ਜਾ ਸਕਦਾ। ਇਹ ਸਾਰਾ ਕੁਝ ਚੰਗਾ ਨਹੀਂ ਹੋਇਆ। ਉਹ ਮਿੱਤਰ ਦੇਸ਼ ਦਾ ਪ੍ਰਧਾਨ ਮੰਤਰੀ ਸੀ, ਉਹਨੂੰ ਵੀ ਆਉਣ ਲੱਗਿਆ ਸੋਚਣਾ ਚਾਹੀਦਾ ਸੀ ਕੋਈ ਗਲਤੀ ਨਾ ਹੋਵੇ, ਤੇ ਇਹਨਾਂ ਨੂੰ ਵੀ ਸੋਚਣਾ ਚਾਹੀਦਾ ਸੀ ਕਿ ਉਹਦੇ ਵਿਜਿਟ ਵੇਲੇ ਕੁਛ ਨਾ ਹੋਵੇ, ਜਿਹੜੀ ਗੱਲਬਾਤ ਕਰਨੀ ਉਹ ਅੰਦਰ ਬੈਠ ਕੇ ਕੀਤੀ ਜਾ ਸਕਦੀ ਹੈ, ਬਾਹਰ ਇਹਨਾਂ ਨੂੰ ਇਸ ਤਰ੍ਹਾਂ ਚਰਚਾ ਦਾ ਮੁੱਦਾ ਨਹੀਂ ਸੀ ਬਣਾਉਣਾ ਚਾਹੀਦਾ। ਪੰਨੂ ਸਾਹਿਬ, ਮੁਕਤਸਰ ਦੇ ਵਿਚ ਫੇਰ ਇੱਕ ਪੇਪਰ ਲੀਕ ਦਾ ਮਾਮਲਾ ਸਾਹਮਣੇ ਆਇਆ ਜੀ, ਔਰ ਇਹ ਪੇਪਰ ਵੀ ਟੱਟਦਾ। ਕਿਹੜਾ ਪਹਿਲੀ ਵਾਰ ਆਇਆ, ਹੁਣ ਤਾਂ ਆਦੀ ਹੋ ਗਏ ਲੋਕੀ ਇਹੋ ਜਿਹੀਆਂ ਗੱਲਾਂ ਦੇ। ਇਹ ਹੁਣ ਕਹੀ ਜਾਣਾ ਕਿ ਫਲਾਨੇ ਦੇ ਕੋਲ ਵਟਸਐਪ ਤੇ ਆ ਗਿਆ ਤੇ ਫਲਾਨੇ ਨੇ ਫਲਾਨੇ ਨੂੰ ਦੇ ਦਿੱਤਾ ਤੇ ਇਹਦੇ ਵਿਚ ਇਹ ਤਾਂ ਜੀ ਬੜੀ ਮਾੜੀ ਗੱਲ ਹੋਈ, ਉਹਨਾਂ ਨੂੰ ਫੜਦੇ ਫਿਰੂ। ਐਵੇਂ ਟਾਹਣੀਆਂ ਛਾਂਗਦੇ ਫਿਰਦੇ ਆ, ਰੁੱਖ ਪਾਸੇ ਕਰ ਦਿੰਦੇ ਆ, ਜੜ ਕਿੱਥੇ ਆ? ਜੇ ਏਡਾ ਇਹ ਸੀਕਰੇਟ ਮਾਮਲਾ ਸੀ, ਉਹ ਟੈਸਟ ਪੇਪਰ ਲੁਕਾ ਕੇ ਰੱਖਣ ਵਾਲੀ ਚੀਜ਼ ਸੀ ਤੇ ਉਹਦੀ ਸੀਕਰੇਸੀ ਵਾਸਤੇ ਪ੍ਰਬੰਧ ਹੋਣੇ ਚਾਹੀਦੇ ਸੀ। ਬਠਿੰਡੇ ਚ ਐਜੂਕੇਸ਼ਨ ਡਿਪਾਰਟਮੈਂਟ ਦੇ ਇੱਕ ਅਫਸਰ ਨੇ ਉਹ ਸਾਰੇ ਪੇਪਰ ਜਿਹੜੇ ਆ ਥ੍ਰੀ ਵੀਲਰ ਦੇ ਉੱਤੇ ਲਗਾ ਕੇ ਭੇਜ ਦਿੱਤੇ ਤੇ ਨਾਲ ਬੰਦਾ ਕੋਈ ਨਾ ਕਲਰਕ ਭੇਜਿਆ, ਨਾ ਟੀਚਰ ਭੇਜਿਆ, ਨਾ ਸੇਵਾਦਾਰ ਭੇਜਿਆ। ਉਹ ਜਿਹੜਾ ਆਟੋ ਵਾਲਾ ਥ੍ਰੀ ਵੀਲਰ ਵਾਲਾ, ਉਹ 2 ਘੰਟੇ ਲੈ ਕੇ ਬਠਿੰਡੇ ਤੋਂ ਉਸਦਾ ਗਿਆ, ਥ੍ਰੀ ਵੀਲਰ ਤੇ ਕਿਉਂ ਭੇਜਿਆ? ਕਾਰ ਵੀ ਕੋਈ ਨੀ ਸੀ ਮਿਲਦੀ, ਟੈਕਸੀ ਕਿਰਾਏ ਤੇ ਕਰ ਲੈਂਦੇ, ਆਪਣੇ ਦਫ਼ਤਰ ਤੇ ਕਰ ਲੈਂਦੇ, ਕੋਈ ਮੰਗ ਲੈਂਦੇ ਸਰਕਾਰ ਤੋਂ, ਡੀਸੀ ਤੋਂ ਮੰਗ ਲੈਂਦੇ ਮਿਲ ਜਾਂਦੀ, SSP ਤੋਂ ਮੰਗ ਲੈਂਦੇ। ਉਹਨਾਂ ਨੇ ਜਿਸ ਤਰ੍ਹਾਂ ਇੱਕ ਥ੍ਰੀ ਵੀਲਰ ਤੇ ਲੱਦ ਕੇ ਭੇਜਿਆ, ਉਹਦੇ ਤੋਂ ਲੱਗਦਾ ਕਿ ਪੇਪਰ ਪਹਿਲਾਂ ਬਠਿੰਡੇ ਚ ਲੀਕ ਹੋ ਗਿਆ, ਬਾਅਦ ਵਿਚ ਥ੍ਰੀ ਵੀਲਰ ਤੇ ਇਸ ਕਰਕੇ ਭੇਜਿਆ ਕਿ ਕਹਿ ਦਾਂਗੇ ਜੀ ਥ੍ਰੀ ਵੀਲਰ ਵਾਲੇ ਨੇ ਰਾਹ ਚ ਲੀਕ ਕਰਤੇ ਹੋਣਗੇ। ਇਹ ਤਾਂ ਜੇ ਕੇਸ ਬਣਾਉਣਾ ਤੇ ਜਾਂ ਤਾਂ ਉਸ ਅਫਸਰ ਤੇ ਬਣਦਾ ਜਿਹਨੇ ਬਠਿੰਡੇ ਤੋਂ ਲਗਾ ਕੇ ਭੇਜੇ, ਤੇ ਜਾਂ ਉਹਦੇ ਤੇ ਬਣਦਾ ਜਿਹਨੇ ਚੈੱਕ ਕੀਤੇ ਬਗੈਰ ਮੁਕਤਸਰ ਦੇ ਵਿਚ ਲਵਾ ਲਏ ਤੇ ਖੁੱਲਣੇ ਸ਼ੁਰੂ ਕਰ ਦਿੱਤੇ, ਉਹਨੂੰ ਵੇਖਣਾ ਚਾਹੀਦਾ ਸੀਲਾਂ ਲੱਗੀਆਂ ਕਿ ਨਹੀਂ ਲੱਗੀਆਂ। ਹੁਣ ਇੱਧਰ ਉੱਧਰ ਲੋਕਾਂ ਨੂੰ ਫੜਦੇ ਪਏ, ਇਹਨਾਂ ਨੇ ਵੱਡਿਆਂ ਨੂੰ ਛੱਡ ਦੇਣਾ ਤੇ ਲਾਗੜ ਭੁਗੜ ਨੂੰ ਰਗੜ ਦੇਣਗੇ, ਉਹਦੇ ਚੋਂ ਕੁਛ ਵੀ ਨਹੀਂ ਹੋਣਾ, ਅਗਲੀ ਵਾਰੀ ਫਿਰ ਇਹੋ ਕੁਝ ਹੋਊਗਾ। ਤੇ ਪੰਨੂ ਸਾਹਿਬ, ਖਬਰਾਂ ਸਾਰਾਂ ਦੇ ਉੱਤੇ ਲਗਭਗ ਸਾਂਝ ਪੈ ਚੁੱਕੀ ਹੈ ਜੀ। ਇੱਕ ਸਵਾਲ ਆਇਆ ਕਿ ਸ਼੍ਰੀ ਦੇਵੀ ਹੋਰਾਂ ਦੀ ਚਰਚਾ KPS ਗਿੱਲ ਦੇ ਨਾਲ ਥੋੜੀ ਜਿਹੀ ਚੱਲਦੀ ਰਹੀ। KPS ਗਿੱਲ ਵੀ ਰੰਗੀਲਾ ਬੰਦਾ ਸੀ, ਉਹ ਜਦੋਂ ਪੰਜਾਬ ਵਿਚ ਅੱਤਵਾਦ ਖਤਮ ਹੋ ਗਿਆ ਤੇ ਫਿਰ ਇੱਕ ਵਾਰੀ ਇੱਕ ਸਕੂਲ ਚ ਗਿਆ ਫਲੋਰ ਦੇ ਲਾ ਕੇ, ਬੱਚਿਆਂ ਨਾਲ ਗੱਲਾਂ ਕਰਦਾ ਪਿਆ ਸੀ। ਬੱਚਿਆਂ ਚ ਇੱਕ ਬੱਚੇ ਨੇ ਪੁੱਛਿਆ, ਸਰ ਤੁਸੀਂ ਫਿਲਮਾਂ ਵੇਖਦੇ ਹੁੰਦੇ? ਕਹਿੰਦਾ ਵੇਖਦਾ ਹੁੰਦਾ। ਕਿੱਦਾਂ ਦੀਆਂ? ਕਹਿੰਦਾ ਮੈਂ ਸਿਰਫ ਉਹ ਵੇਖਦਾ ਜੀ ਸ੍ਰੀ ਦੇਵੀ ਹੋਵੇ। ਉਹ ਰੌਲਾ ਪੈ ਗਿਆ ਸਾਰੇ ਦੇਸ਼ ਚ ਵੀ ਸੁਪਰ ਕੋਪ ਤੇ ਸ੍ਰੀ ਦੇਵੀ ਨੂੰ ਯਾਦ ਕਰਦਾ। ਅਗਲੇ ਹਫਤੇ ਸ੍ਰੀ ਦੇਵੀ ਦੀ ਸ਼ੂਟਿੰਗ ਸੀ ਚੰਡੀਗੜ੍ਹ, ਚੰਡੀਗੜ੍ਹ ਦੇ ਦੂਰੇ ਸੀ ਕਦੇ ਮੋਹਾਲੀ ਖਰੜ ਦੇ ਲਾਗੇ, ਉਹ ਆਈ ਤੇ ਸ਼ੂਟਿੰਗ ਵੱਲ ਜਾਣ ਦੀ ਥਾਂ ਪਹਿਲਾਂ KPS ਗਿੱਲ ਨੂੰ ਮਿਲਣ ਚਲੀ ਗਈ। ਉੱਥੇ ਬੈਠਿਆ ਬੈਠਿਆ ਉਹਨੇ ਸੱਦਾ ਦੇ ਦਿੱਤਾ ਕਿ ਤੁਸੀਂ ਬਾਂਬੇ ਆਇਓ ਜੀ, ਮੇਰੀ ਦੂਜੀ ਭੈਣ ਵੀ ਹੈਗੀ, ਉਹ ਵੀ ਐਕਟਰਸ ਹੈ, ਸ੍ਰੀ ਲਤਾ ਵੀ। ਤੇ KPS ਗਿੱਲ ਹੋਰੀ ਅਗਲੇ ਹਫਤੇ ਬਾਂਬੇ ਚਲੇ ਗਏ। ਫਿਰ 2-3 ਦਿਨ ਚੰਗੇ ਚੱਲਦੇ ਰਹੇ ਸੀ, ਪਰਿਵਾਰਕ ਸਾਂਝਾਂ ਵੀ ਪੈ ਗਈਆਂ ਸੀ। ਉਹ ਕਿੱਥੋਂ ਤੱਕ ਸੀ ਉਹ ਜਾਣਦੇ ਹੋਣਗੇ। ਹੁਣ ਤਾਂ ਨਾ KPS ਗਿੱਲ ਜਿੰਦਾ ਨਾ ਸ੍ਰੀ ਦੇਵੀ, ਪੁੱਛਿਆ ਨੀ ਜਾ ਸਕਦਾ ਕਿਸੇ ਤੋਂ। ਪਰ ਉਦੋਂ ਬਾਅਦ ਇਹ ਲਗਾਤਾਰ ਇੱਕ ਦੂਜੇ ਨੂੰ ਮਿਲਦੇ ਰਹੇ ਸੀ। ਜਸਟਿਨ ਟਰੂਡੋ ਦੀ ਫੇਰੀ ਦੇ ਉੱਤੇ ਲਿਖਿਆ ਕਿ ਕੀ ਕੁਛ ਹੋਇਆ। ਮੈਨੇ ਜਸਟਿਨ ਟਰੂਡੋ ਨੂੰ ਮਾਰ ਪਹਿਲਾਂ, ਮਗਰੋਂ ਮੋਦੀ ਜੀ ਸਿਫਤ ਵੀ ਕਰੀ ਬੇਲੀ। ਉਸ ਨੂੰ ਕਿਹਾ ਜੀ ਤੁਸਾਂ ਦੇ ਦੇਸ਼ ਅੰਦਰ ਚਲਦੀ ਚਾਲ ਨੀ ਜਾਵਣੀ ਜਰੀ ਬੇਲੀ। ਨਾਲੇ ਕਿਹਾ ਵਿਕਾਸ ਜਿਹਾ ਕਰਨ ਖਾਤਰ ਆਪਸੀ ਸਾਂਝ ਦੇ ਲਈ ਝੰਡੀ ਹਰੀ ਬੇਲੀ।
ਤੁਸੀਂ ਆਏ ਤਾਂ ਸਾਨੂੰ ਤਾਂ ਚਾਹ ਵਾਲਾ ਜਾਵੇ ਅੱਡੀ ਨੇ ਭੋਏ ਤੇ ਧਰੀ ਵੇਲੀ ਬਾਕੀ ਚਾਰ ਲੈਣਾ ਚਾਹੁੰਦੇ ਬਹੁਤ ਸੀ ਪੂਰਾ ਨੀ ਕਰ ਹੋਇਆ ਕਰਨਾ ਚਾਹੁੰਦੇ ਸੀ ਜਿੰਨਾ ਵੀ ਮਾਣ ਵੇਲੀ ਬਹੁਤੀ ਦੇਰ ਨਾ ਕਰਿਓ ਤੇ ਫੇਰ ਆਇਓ ਜਾਰੀ ਰੱਖ ਲਿਓ ਜੀ ਆਵਣ ਜਾਣ ਵੇਲੀ ਐ ਤੁਰਨ ਲੱਗੇ ਨੂੰ ਕਹਿਤਾ ਜੀ ਮੁੜ ਕੇ ਵੀ ਕਦੇ ਆਇਓ ਜੀ ਸੋ ਬਹੁਤ ਮਿਹਰਬਾਨੀ ਪੰਨੂ ਸਾਹਿਬ ਬਹੁਤ ਧੰਨਵਾਦ ਜੀ ਤੁਹਾਡਾ ਕੱਲ ਫਿਰ ਸਾਂਝ ਪਾਉਣੇ ਜੀ ਸਤਿ ਸ਼੍ਰੀ ਅਕਾਲ ਜੀ ਮਿਹਰਬਾਨੀ ਸ਼ੁਕਰੀਆ ਜੀ ਥੈਂਕ ਯੂ ਜਤਿੰਦਰ ਪੰਨੂ ਸਾਹਿਬ ਦੇ ਨਾਲ ਦੋਸਤੋ ਗੱਲਬਾਤ ਚੱਲ ਰਹੀ ਸੀ ਤੇ ਇਸ ਗੱਲਬਾਤ ਤੋਂ ਅਗਲੀ ਗੱਲਬਾਤ ਹੈ ਜਿਹੜੀ ਉਹ ਕਰਾਂਗੇ ਪਰਮਵੀਰ ਬਾਠੋਰਾਂ ਦੇ ਨਾਲ ਬਸ ਛੋਟੀ ਜਿਹੀ ਬ੍ਰੇਕ ਤੇ ਬ੍ਰੇਕ ਤੋਂ ਬਾਅਦ ਗੱਡੀ ਗੇਅਰ ਦੇ ਵਿੱਚ